ਸਰਨਾ ਇਹ ਗੱਲ ਕਹਿੰਦੇ ਵੀ ਰਹੇ ਆ ਵੀ ਕਾਂਗਰਸ ਨੇ ਤਾਂ ਸਿੱਖ ਖਤਮ ਹੋ ਕੀਤੇ ਹੋਣਗੇ ਅਤੇ ਉਹਦਾ ਬਦਲਾ ਵੀ ਸਿੱਖਾਂ ਨੇ ਲੈ ਲਿਆ। ਆਰਐਸਐਸ ਬੀਜੇਪੀ ਸਿੱਖ ਹੀ ਖਤਮ ਕਰਨਾ ਚਾਹੁੰਦੀ ਹੈ। ਮੈਨੂੰ ਸਰਨਾ ਸਾਹਿਬ ਇੱਕ ਗੱਲ ਦੱਸਣ ਕਿ ਆਰਐਸਐਸ ਦੀ ਇਹ ਆਈਡੀਓਲੋਜੀ ਕਿਹੜੀ ਜਗ੍ਹਾ 'ਤੇ ਗਲਤ ਹੈਗੀ। ਆਰਐਸਐਸ ਬਾਰੇ ਤੁਹਾਡੇ ਕੀ ਵਿਚਾਰ? ਪਰ ਜਦੋਂ ਤੁਸੀਂ ਗਏ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਆਇਆ ਸੀਗਾ ਕਿ ਇਹ ਸਿੱਖਾਂ ਦੇ ਇੰਟਰਨਲ ਮਸਲਿਆਂ ਸਿੱਧਾ ਦਖਲ ਹੈ, ਬੀਜੇਪੀ ਸਿੱਖਾਂ ਦੇ ਮਸਲਿਆਂ 'ਚ ਦਖਲ ਥਰੂ ਕਾਲਕਾ ਥਰੂ ਸਿਰਸਾ ਦੇ ਰਹੀ ਹੈ। ਪਹਿਲੀ ਵਾਰ 75 ਸਾਲ ਦੇ ਵਿੱਚ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੋ ਵਾਰ ਇੱਕ ਸਾਲ ਦੇ ਵਿੱਚ ਲਾਲ ਕਿਲੇ 'ਤੇ ਆਇਆ ਹੋਇਆ, ਇੱਕ ਵਾਰ 15 ਅਗਸਤ ਨੂੰ ਝੰਡਾ ਚਲਾਉਣ ਜਾਂਦੇ ਆ ਅਤੇ ਦੂਸਰੀ ਵਾਰ ਕੇਸ। ਉਹੀ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਬੀਜੇਪੀ ਦੀ ਸਟੇਜ ਬਣਾ ਤਾ ਹਰ ਸਿੱਖ ਸਮਾਗਮ। ਉਹਨਾਂ ਨੇ ਤਾਂ SGPC ਦੇ ਪ੍ਰਧਾਨ ਨੂੰ ਵੀ ਇਨਵਾਈਟ ਕੀਤਾ ਸੀ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਨਵਾਈਟ ਕੀਤਾ ਸੀ, ਕਿਉਂ ਨਹੀਂ ਆਏ? ਜੇ ਆਉਂਦਾ ਤਾਂ ਇਹਨਾਂ ਦਾ ਕੱਦ ਵੱਧਦਾ ਜਾਂ ਘੱਟਦਾ, ਮੈਨੂੰ ਇਹ ਦੱਸੋ। ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਗੁਰੂ ਦੀ ਗੱਲ ਕਰ ਰਿਹਾ ਹੋਏ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨੂੰ ਬਾਈਕਆਊਟ ਕਰਨ ਦੀ ਗੱਲ ਕਰਨ, ਇਹ ਕਿੱਥੇ ਦੀ ਮੈਂ ਸਮਝਦਾ ਸਿਆਣਪ ਹੈ? ਅਜਿਹਾ ਕੀ ਹੋਇਆ ਸੀਗਾ ਕਿ ਤੁਹਾਨੂੰ ਬੀਜੇਪੀ ਦੇ ਨਾਲ ਸਿਰਸਾ ਸਾਹਿਬ ਵੀ ਚਲੇ ਗਏ, ਤੁਸੀਂ ਵੀ ਚਲੇ ਗਏ? ਬੀਜੇਪੀ ਨੂੰ ਕਿਵੇਂ ਜਸਟੀਫਾਈਡ ਹੈ? ਤੁਸੀਂ ਕਹਿੰਦੇ ਬੀਜੇਪੀ ਨੂੰ ਵੋਟਾਂ ਪਾਓ ਸਿੱਖ, ਦੇਖੋ ਬੀਜੇਪੀ ਨੂੰ ਵੋਟਾਂ ਪਾਓ ਕਿਉਂ ਪਾਉਣ? ਜੇ ਅਗਰ ਸਾਨੂੰ ਤੁਹਾਨੂੰ ਲੱਗਦਾ ਕਿ ਅਗਰ ਬੀਜੇਪੀ ਦੇ ਇਲਾਵਾ ਕੋਈ ਤੀਜਾ ਵਿਕਲਪ ਦਿੱਲੀ ਦੇ ਵਿੱਚ ਹੈਗਾ, ਸਾਨੂੰ ਉਹ ਵੀ ਦੱਸ ਦਿਓ, ਅਸੀਂ ਉਹਦੇ ਨਾਲ ਖਲੋ ਜਾਂਦੇ ਹਾਂ। ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਇਲਾਵਾ ਕਿਆ ਮੈਂ ਕਾਂਗਰਸ ਨੂੰ ਵੋਟ ਪਾ ਸਕਦਾ? ਮੈਂ ਕਿਸੇ ਖੜ੍ਹੇ ਹੋ ਕੇ ਕਾਂਗਰਸ ਦੇ ਆਪਣਾ ਸਟੇਜਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਸਕਦਾ ਕਿ ਇਹਨਾਂ ਕਾਤਲਾਂ ਨੂੰ, ਇਹਨਾਂ ਹਥਿਆਰਾਂ ਨੂੰ ਵੋਟ ਪਾਓ, ਮੈਨੂੰ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਮਾਫ਼ ਕਰਨਗੀਆਂ? ਕਿਆ ਕਾਂਗਰਸ ਦੀ ਪਾਰਟੀ ਦੇ ਨਾਲ ਸਿੱਖ ਚੱਲ ਸਕਦਾ? ਦਿੱਲੀ ਦਾ ਸਿੱਖ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, 10,000 ਸਿੱਖ ਦਿੱਲੀ ਦੀ ਸੜਕਾਂ 'ਤੇ ਰੋਲਤਾ ਗਿਆ ਹੋਇਆ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਹੋਇਆ, ਸਾਡੇ ਭਰਾਵਾਂ ਦੇ ਗਲਿਆਂ ਦੇ ਵਿੱਚ ਟਾਇਰ ਪਾ ਕੇ ਸਾੜਤਾ ਗਿਆ ਹੋਇਆ, ਉਸ ਕਾਂਗਰਸ ਪਾਰਟੀ ਦੇ ਖਾਤੇ ਦੇ ਵਿੱਚ ਅੱਜ ਵੋਟ ਪਾਉਣਾ ਕਿਆ ਇੱਕ ਸਿੱਖ ਮੁਨਾਸਿਬ ਸਮਝੇਗਾ? ਔਰ ਜਦ ਮੈਂ ਸਪੋਰਟ ਕਰਨੀ ਹੈ, ਮੈਂ ਉਹਨਾਂ ਨੂੰ ਵੋਟ ਪਾਉਣੀ ਹੈ, ਤਾਂ ਮੈਂ ਕਿਉਂ ਨਾ ਰੋਲਾ ਪਾ ਕੇ ਕਹਾਂ ਕਿ ਜੀ ਮੈਂ ਤੁਹਾਨੂੰ ਸਪੋਰਟ ਕਰ ਰਿਹਾ, ਮੇਰੀ ਕੌਮ ਨੇ ਤੁਹਾਨੂੰ ਸਪੋਰਟ ਕੀਤੀ, ਮੇਰੇ ਕੌਮ ਦੇ ਮੁੱਦੇ ਨੇ, ਤੁਸੀਂ ਹੱਲ ਕਰੋ। ਕਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਾਂ ਕੋਈ ਸੌਖੀ ਗੱਲ? ਅੱਜ ਹਜ਼ਾਰਾਂ ਬੰਦੇ ਰੋਜ਼ ਉੱਥੇ ਦਰਸ਼ਨ ਕਰਨ ਜਾਂਦੇ ਨੇ ਬਿਨਾਂ ਕਿਸੇ ਵੀਜ਼ੇ ਦੇ। ਕਿ ਜਿਹੜੇ ਕੰਮ 400 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਕਾਸ਼ ਦਿਹਾੜਾ ਮੋਦੀ ਸਾਹਿਬ ਨੇ ਲਾਲ ਕਿਲੇ ਦੇ ਉੱਤੇ ਮਨਾਇਆ, ਕਿਆ ਦੁਨੀਆ 'ਤੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਬਣਾਇਆ? ਸਾਨੂੰ ਤਾਂ ਪਰਮਿਸ਼ਨਾਂ ਨਹੀਂ ਮਿਲਦੀਆਂ ਸੀ ਇਹਨਾਂ ਦੇ ਸਮੇਂ। ਪਰਮਜੀਤ ਸਿੰਘ ਸਰਨਾ ਕਹਿੰਦੇ ਨੇ ਕਿ ਬੀਜੇਪੀ ਅਤੇ ਆਰਐਸਐਸ ਦਾ ਐਂਟੀ ਸਿੱਖ ਆ ਗਈ। ਬੀਜੇਪੀ ਦੇ ਨਾਲ ਇਹਨਾਂ ਦੀ ਪ੍ਰੋਬਲਮ ਸੀ ਅਤੇ ਫਿਰ ਕਿਉਂ ਤਰਲੇ ਚੱਟਦੇ ਰਹੇ ਬੀਜੇਪੀ ਨਾਲ ਸਾਂਝ ਕਰਨ ਵਾਸਤੇ? ਸਰਨਾ ਸਾਹਿਬ ਕਿੱਥੇ ਜ਼ੋਰ ਲਾ ਰਹੇ ਸੀ? ਸਰਨਾ ਸਾਹਿਬ ਨੇ ਜਿਸ ਵਕਤ ਅਲਾਇੰਸ ਕਰਾਉਣ ਦੇ ਚੱਕਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਦੇ ਸਕਦੇ ਹੋ, ਕਿਉਂਕਿ ਉਹ ਤਾਂ ਬੈਕਐਂਡ 'ਤੇ ਤਾਂ ਸਿੱਧੀ ਗੱਲ ਤਾਂ ਸੁਖਬੀਰ ਬਾਦਲ ਦਾ, ਇੱਥੋਂ ਤੱਕ ਕਹਿੰਦੇ ਰਹੇ ਕਿ ਮੇਰੀ ਤਾਂ ਕੋਈ ਮੀਟਿੰਗ ਹੀ ਨਹੀਂ ਹੋਈ। ਦੇਖੋ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਚੱਲ ਰਹੀ। ਤੁਹਾਨੂੰ ਸਾਰੇ ਪੰਜਾਬ ਨੂੰ ਜਗ ਜ਼ਾਹਿਰ ਹੈ ਕਿ ਅਕਾਲੀ ਦਲ ਨੇ ਇਹ ਲੜੀਆਂ ਕੱਟੀਆਂ ਨੇ ਕਿ ਨਹੀਂ ਕੱਟੀਆਂ। ਸੁਖਬੀਰ ਬਾਦਲ ਕਹਿੰਦੇ ਆ ਮੈਨੂੰ ਪੰਥ ਪਿਆਰਾ ਗਾ, ਮੈਨੂੰ ਵਿਚਾਰ ਪਿਆਰਾ ਗਾ, ਮੈਨੂੰ ਸਿੱਖਾਂ ਦੇ ਮਸਲੇ ਪਿਆਰੇ ਨੇ, ਮੇਰੇ ਲਈ ਚੋਣਾਂ ਕੋਈ ਇੰਪੋਰਟੈਂਟ ਨਹੀਂ। ਅਚਾਨਕ 2 ਸਾਲਾਂ ਦੇ ਵਿੱਚ ਉਹਨਾਂ ਨੂੰ ਪੰਥ ਪਿਆਰਾ ਲੱਗਣ ਲੱਗ ਪਿਆ। 10 ਸਾਲ ਡਿਪਟੀ CM ਪੰਜਾਬ ਦੇ ਰਹੇ ਆ, 10 ਸਾਲ ਸਰਕਾਰ ਰਹੀ ਹੈ ਪੰਥ ਦੀ ਲਗਾਤਾਰ, ਪੁਰਾਣੀ ਗੱਲਾਂ ਛੱਡ ਦਿਓ, ਇਹ 10 ਸਾਲਾਂ ਦੇ ਵਿੱਚ ਮੈਨੂੰ ਦੱਸੋ ਕਿਹੜਾ ਇਹਨਾਂ ਨੇ ਸਿੱਖਾਂ ਦਾ ਇਸ਼ੂ ਚੁੱਕਿਆ? ਬੀਬਾ ਹਰਸਿਮਰਤ ਕੌਰ ਨਾਰ ਦੀ ਕੁਰਸੀ 'ਤੇ ਬੈਠਦੇ ਸੀ ਅਮਿਤ ਸ਼ਾਹ ਦੀ, ਸੁਖਬੀਰ ਸਿੰਘ ਬਾਦਲ ਪਾਰਲੀਮੈਂਟ 'ਚ ਨਾਲ ਬੈਠਦੇ ਰਹੇ ਹੈ, ਤਦ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ? ਤਦ ਪੰਥ ਦੀ ਗੱਲ ਕਿਉਂ ਨਹੀਂ ਕੀਤੀ? ਪੰਥ ਦਾ ਸਭ ਤੋਂ ਵੱਡਾ ਅੱਜ ਮੁੱਦਾ ਹੈ ਜਿਹੜਾ ਬਰਗਾੜੀ ਦਾ ਕਾਂਡ ਹੈ। ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ, ਪੰਥ ਦੀ ਸਰਕਾਰ ਹੋਵੇ, ਸਟੇਟ ਵਰਸਿਸ ਗੁਰਮੀਤ ਰਾਮ ਰਹੀਮ ਦਾ ਕੇਸ ਬਣਿਆ ਹੋਏ,
ਤੇ ਤੁਸੀਂ ਕੇਸ ਵਿਥਡਰਾਅ ਕਰ ਲਓ। ਇਹ ਤੁਹਾਡਾ ਪੰਥ ਦਾ ਦਰਦ ਹੈ। ਸਾਰਾ ਕੁਛ ਹੋ ਰਿਹਾ ਸੀ ਤਾਂ ਤੁਸੀਂ ਵੀ ਨਾਲ ਹੁੰਦੇ ਸੀ ਕੱਲ੍ਹ? ਦੇਖੋ ਜੇ ਮੈਂ ਗੱਲ ਸੁਣ, ਸਿਰਸਾ ਸਾਹਿਬ ਵੀ ਨਾਲ ਨਹੀਂ? ਬਿਲਕੁਲ, ਡੇਰੇ ਦੇ ਮੁਖੀ ਨੂੰ ਜਿਹਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਤੋਂ ਦੂਰ ਰਹਿਣ ਨੂੰ ਕਿਹਾ ਗਿਆ, ਤੁਸੀਂ ਉਹਨੂੰ ਬੁਲਾ ਕੇ ਉੱਥੇ ਜਬਰਨ ਉਹਦੀ ਮਾਫ਼ੀ ਦਵਾਈ ਗਈ ਤੁਹਾਡੇ ਕਾਰਜਕਾਲ 'ਚ ਹੋਈ। ਤੁਸੀਂ ਕੀ ਸਰਕਾਰ ਚਲਾਉਂਦੇ ਚਲਾਉਂਦੇ ਭੁੱਲ ਗਏ ਕਿ ਪੰਥ ਦੀਆਂ ਵੋਟਾਂ ਤੋਂ ਤੁਸੀਂ ਆਇਓ, ਤੁਸੀਂ ਕਿਸਾਨਾਂ ਦੀ ਵੋਟਾਂ ਤੋਂ ਆਇਓ, ਤੁਸੀਂ ਸਾਰਾ ਕੁਝ ਖੇਰੂ ਖੇਰੂ ਕਰਤਾ ਸਿਰਫ ਆਪਣੇ ਆਪ ਨੂੰ, ਔਰ ਹੁਣ ਕੀ ਕੀਤਾ? ਹੁਣ ਵੀ ਇਹੀ ਹੋ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੂੰ ਸਮਝਾ ਸਕਦੇ ਹਾਂ, ਮਗਰ ਜਿਸ ਵਕਤ ਨਹੀਂ ਸਮਝੇ। ਅੱਜ ਤੁਸੀਂ ਕੌਣ ਹੋ? ਅਕਾਲੀ ਹੋ ਜਾਂ ਕੁਛ ਹੋਰ? ਮੇਰਾ ਅਲਾਇੰਸ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਉੱਥੇ ਹੋ ਸਕਦਾ, ਮਗਰ ਮੇਰੇ ਧਾਰਮਿਕ ਸੰਸਥਾਨਾਂ ਦੇ ਉੱਤੇ ਕਿਸੇ ਦੀ ਇੰਟਰਫਰੈਂਸ ਬਤੌਰ ਅਕਾਲੀ ਹੁੰਦੇ ਮੈਂ ਬਰਦਾਸ਼ਤ ਨਹੀਂ ਕਰਾਂਗਾ, ਬਤੌਰ ਗੁਰੂ ਘਰ ਸਿੱਖ ਹੁੰਦੇ ਮੈਂ ਬਰਦਾਸ਼ਤ ਨਹੀਂ ਕਰਾਂਗਾ। ਔਰ ਕਹਿੰਦੇ ਅਸਲੀ ਅਕਾਲੀ ਦਲ ਤਾਂ ਸਾਡੇ ਕੋਲ ਆ, ਮੇਨ ਅਕਾਲੀ ਜਿਹੜਾ ਅਕਾਲੀ ਦਲ ਆ ਤਾਂ ਸਾਡੇ ਕੋਲ ਆ। ਤੇ ਜਿਸ ਵਕਤ ਕਲਾਸ ਦਾ ਬੱਚਾ ਫੇਲ ਹੋ ਜਾਏ ਨਾ, ਤੇ ਉਹਨੂੰ ਆਪ ਦੂਸਰੀ ਕਲਾਸ ਰਿਪੀਟ ਕਰ ਲੈਣੀ ਚਾਹੀਦੀ ਹੈ, ਨਾ ਕਿ ਧੱਕੇ ਦੇ ਨਾਲ ਆਪਣੇ ਮਾਂ ਪਿਓ ਦੇ ਪ੍ਰਭਾਵ ਹੇਠ ਕਿ ਦੂਜੀ ਕਲਾਸ 'ਚ ਸ਼ਿਫਟ ਹੋ ਜਾਣਾ ਚਾਹੀਦਾ, ਉਹਨੂੰ ਸੀਨੀਅਰ ਕਲਾਸ ਲੈ ਲੈਣੀ ਚਾਹੀਦੀ ਹੈ। ਇੱਕ ਫੇਲ ਹੋ ਚੁੱਕਾ ਸਿਸਟਮ ਹੈ, ਉਹਨੂੰ ਬਦਲਾਵ ਲਿਆਉਣ ਵਾਸਤੇ ਅਕਾਲੀ ਦਲ ਦੇ ਵਿੱਚ ਬਦਲਾਵ ਦੀ ਬਹੁਤ ਵੱਡੀ ਲੋੜ ਹੈ, ਔਰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸਮਝ ਲੈਣੀ ਚਾਹੀਦੀ ਹੈ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚ ਲੈ ਕੇ ਆਏ ਜੇ, ਉਹਨਾਂ ਨਾਲ ਵਾਅਦੇ ਕਰਕੇ ਆਏ ਹੋ, ਅੱਜ ਤੁਸੀਂ ਸਾਰੀ ਵਾਅਦਾ ਖਿਲਾਫੀ ਸਿਰਫ ਕਿਹਦੇ ਵਾਸਤੇ ਕੀਤੀ? ਸਿਰਫ ਇੱਕੋ ਇੱਕ ਸੀਟ ਤੁਹਾਡਾ ਫੋਕਸ ਹੈ ਬਠਿੰਡੇ ਦੀ ਸੀਟ ਤੁਹਾਡਾ ਜਿੱਤਣ ਦਾ, ਅੱਜ ਹੋਰ ਕੋਈ ਤੁਹਾਡਾ ਏਜੰਡਾ ਨਹੀਂ ਹੈ ਪੰਜਾਬ ਦੇ ਵਿੱਚ। ਅੱਜ ਪੰਥ ਦਾ ਕਿਹੜਾ ਐਸਾ ਕੰਮ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੀ ਪ੍ਰਧਾਨਗੀ ਹੇਠ ਪੰਥ ਦਾ ਇੱਕ ਵੱਡਾ ਕਾਰਜ ਕੀਤਾ? ਇੱਕ ਵੱਡਾ ਕਾਰਜ ਕਿ ਪੰਥ ਲਈ ਕਿਹੜਾ ਕੰਮ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕੀਤਾ ਕਿ ਅੱਜ ਪੰਥ ਕੋਲੋਂ ਤੁਸੀਂ ਵੋਟਾਂ ਮੰਗਣ ਦੇ ਹੱਕਦਾਰ ਬਣ ਗਏ? ਪਰ ਪਰਿਵਾਰ ਹਾਵੀ ਹੋਣ ਕਰਕੇ ਬਾਦਲ ਸਾਹਿਬ ਦੀ ਨਾ ਹੀ ਚੱਲ ਸਕੀ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਨਹੀਂ ਚੱਲ ਸਕੀ, ਔਰ ਉਹ ਦੇਖਿਆ ਤੁਸੀਂ ਉਹਦਾ ਕੀ ਹਾਸ਼ਰ ਹੋਇਆ ਕਿ ਜਾਂਦੇ ਜਾਂਦੇ ਵੀ ਉਹਨਾਂ ਨੇ ਕੌਮ ਦਾ ਜਿਹੜੀ ਸੰਗਤ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਦੀ ਨਮੋਸ਼ੀ ਲੈ ਕੇ ਜਾਈ। ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਯਾਦਵਿੰਦਰ ਸਿੰਘ। ਸਿੱਖ ਰਾਜਨੀਤੀ ਦੇ ਬਹੁਤ ਸਾਰੇ ਕਾਲ ਨੇ। ਮੱਧ ਯੁੱਗ 'ਚ ਸਿੱਖ ਆਪਣੇ ਸਰਵਾਈਵਲ ਦੀ ਲੜਾਈ ਲੜਦੇ ਰਹੇ, ਪਰ ਆਧੁਨਿਕ ਯੁੱਗ 'ਚ ਸਿੱਖਾਂ ਨੇ ਆਪਣੀਆਂ ਸੰਸਥਾਵਾਂ ਬਣਾਈਆਂ, ਆਪਣੀ ਪਾਰਟੀ ਬਣਾਈ। 1920 'ਚ ਗੁਰਦੁਆਰਾ ਲਹਿਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ, ਅਤੇ ਅਕਾਲੀ ਦਲ ਸਿੱਖਾਂ ਦੀ ਰਾਜਨੀਤਿਕ ਲੜਾਈ ਲੜਨ ਦੇ ਲਈ ਹੋਂਦ 'ਚ ਲਿਆਂਦਾ ਜਾਂਦਾ ਹੈ। ਪਰ ਉਸ ਤੋਂ ਬਾਅਦ ਬਹੁਤ ਸਾਰੇ ਫੇਜ਼ ਨੇ, ਜਿਨ੍ਹਾਂ ਫੇਜ਼ਾਂ ਦੇ ਅੰਦਰ ਵੱਖ ਵੱਖ ਪਾਰਟੀਆਂ ਨਾਲ ਸਿੱਖਾਂ ਦੇ ਰਿਸ਼ਤੇ ਵੀ ਰਹਿੰਦੇ ਨੇ ਅਤੇ ਖਰਾਬ ਵੀ ਹੁੰਦੇ ਨੇ। ਸਿੱਖ ਕਾਂਗਰਸ ਦੇ ਨੇੜੇ ਵੀ ਰਹਿੰਦੇ ਨੇ, ਪਰ ਕਾਂਗਰਸ ਨਾਲ 1984 'ਚ ਇੰਨੀ ਦੂਰ ਹੋ ਜਾਂਦੇ ਨੇ ਕਿ ਨੇੜਤਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕ ਦੌਰ 'ਚ ਇਹੀ ਦੌਰ ਹੈਗਾ ਜਦੋਂ 1980 ਵਾਲਾ ਦੌਰ ਹੈ, 78 ਵਾਲਾ ਦੌਰ ਹੈ, ਜਦੋਂ ਅਨੰਦਪੁਰ ਦੇ ਮਤੇ ਦੀ ਲੜਾਈ ਲੜੀ ਜਾ ਰਹੀ ਸੀ, ਅਤੇ ਉਹ 'ਚ ਇੱਕ ਮੇਜਰ ਮੰਗ ਸੀ ਕਿ ਪੂਰੇ ਦੇਸ਼ ਦੇ ਅੰਦਰ ਇੱਕ ਗੁਰਦੁਆਰਾ, ਆਲ ਇੰਡੀਆ ਗੁਰਦੁਆਰਾ ਐਕਟ, ਯਾਨੀ ਜਿੱਥੇ ਜਿੱਥੇ ਵੀ ਸਿੱਖਾਂ ਦੇ ਗੁਰਦੁਆਰੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਣ। ਪਰ ਇਹ ਲੜਾਈ ਬਾਅਦ 'ਚੋਂ ਅਕਾਲੀ ਦਲ ਛੱਡ ਦਿੰਦਾ। ਅਕਾਲੀ ਦਲ ਉਸ ਤਰ੍ਹਾਂ ਇਹ ਲੜਾਈ ਨਹੀਂ ਲੜਦਾ ਜਿਸ ਤਰ੍ਹਾਂ ਲੜਨੀ ਚਾਹੀਦੀ ਸੀਗੀ। ਜਿਵੇਂ ਅਕਾਲੀ ਦਲ ਨੇ ਬਾਕੀ ਮੰਗਾਂ ਦੇ ਉੱਤੇ ਵੀ ਲੜਾਈ, ਸਿਰਫ ਕਾਗਜ਼ੀ ਪੱਤਰੀ ਤਾਂ ਲੜੀ, ਪਰ ਪ੍ਰੈਕਟੀਕਲੀ ਜਿਹੜੀ ਧਰਨਿਆਂ ਦੀ ਲੜਾਈ, ਮਜ਼ਾਰਿਆਂ ਦੀ ਲੜਾਈ ਜਾਂ ਮੋਰਚਿਆਂ ਦੀ ਲੜਾਈ ਅਕਾਲੀ ਦਲ ਦੀ 1980 ਚੱਲਦੀ ਸੀ, ਉਹ ਨਹੀਂ ਚੱਲਦੀ ਰਹੀ ਬਾਅਦ 'ਚੋਂ। ਇਸੇ ਕਰਕੇ ਬਹੁਤ ਸਾਰੇ ਖਿਲਾਰੇ ਵੀ ਪਏ।
ਦਿੱਲੀ ਦੇ ਅੰਦਰ DSGMC ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਿਹੜੀ, ਉਹ ਆਪਣੇ ਵੱਖਰੇ ਤਰ੍ਹਾਂ ਦੇ ਸੁਰਚਾਈ ਅਕਾਲੀ ਦਲ ਨੂੰ ਬਹੁਤ ਨਾਰਾਜ਼ਗੀਆਂ ਹੋਈਆਂ। ਅੱਜ ਸਾਡੇ ਨਾਲ ਹਰਮੀਤ ਸਿੰਘ ਕਾਲਕਾ ਨੇ, ਜਿਹੜੇ ਪ੍ਰਧਾਨ ਨੇ DSGMC, ਅਤੇ ਉਹਨਾਂ ਤੋਂ ਪੁੱਛਾਂਗੇ ਇਹ ਕਹਾਣੀਆਂ ਕੀ ਨੇ, ਕਿਉਂ ਤੁਹਾਨੂੰ ਵਾਰ ਵਾਰ ਟਾਰਗੇਟ 'ਤੇ ਲਿਆ ਜਾਂਦਾ, ਕਿਉਂ ਤੁਸੀਂ BJP ਦੇ ਨਾਲ ਖੜ੍ਹੇ ਹੁੰਦੇ ਹੋ, ਕਾਂਗਰਸ ਤੋਂ ਤੁਹਾਡੇ ਇਤਰਾਜ਼ ਕੀ ਨੇ? ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹੁਣ ਆਪਾਂ ਸ਼ੁਰੂ ਇੱਥੋਂ ਹੀ ਕਰ ਲੈਂਦੇ ਹੈਗੇ, ਜਿੰਨੇ ਮੈਂ ਰੈਫਰੈਂਸ ਦਿੱਤੇ ਕਿ ਸਿੱਖਾਂ ਦੇ ਬਹੁਤ ਸਾਰੇ ਕਾਲ ਨੇ, ਕਾਂਗਰਸ ਵੀ ਸਿੱਖਾਂ ਲਈ ਕਦੇ ਅਛੂਤ ਨਹੀਂ ਰਹੇਗੀ ਇੱਕ ਦੌਰ 'ਚ, ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਐਡਾ ਵੱਡਾ ਕਾਂਡ ਹੋ ਜਾਂਦਾ ਕਿ ਕਾਂਗਰਸ ਵੱਲ ਸਿੱਖ ਦੇਖਣ ਨੂੰ ਤਿਆਰ ਨਹੀਂ ਹੁੰਦੇ, ਘੱਟੋ ਘੱਟ ਥਰੈਟੀਕਲੀ ਤਾਂ ਨਹੀਂ ਦੇਖਦੇ, ਪ੍ਰੈਕਟੀਕਲੀ ਵੋਟਾਂ ਹੀ ਪਾ ਆਉਂਦੇ ਨੇ, ਪੰਜਾਬ ਸਰਕਾਰਾਂ ਹੀ ਬਣਾਈਆਂ, ਪਰ ਥਰੈਟੀਕਲੀ ਅੱਜ ਵੀ ਕਾਂਗਰਸ ਨੂੰ ਇਹ ਮੰਨਦੇ ਨੇ ਕਿ ਇਹਨਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈਗਾ। ਤੁਸੀਂ ਜੁੜੇ ਹੋਏ ਹੋ ਅਕਾਲ ਤਖਤ ਸਾਹਿਬ ਦੇ ਨਾਲ, ਹਰ ਸਿੱਖੀ ਜੁੜਿਆ ਹੋਇਆ ਹੈਗਾ, ਤੁਸੀਂ ਜੁੜੇ ਹੋਏ ਹੋਗੇ ਉਸ ਪਵਿੱਤਰ ਸਥਾਨ ਦੇ ਨਾਲ ਜਿੱਥੇ ਸਾਰੇ ਸਿੱਖ ਜਾਂਦੇ ਨੇ, ਤੁਸੀਂ ਅਜਿਹਾ ਫੈਸਲਾ ਕਿਉਂ ਲਿਆ, ਅਜਿਹਾ ਕੀ ਹੋਇਆ ਸੀਗਾ ਕਿ ਤੁਹਾਨੂੰ BJP ਦੇ ਨਾਲ ਸਿਰਸਾ ਸਾਹਿਬ ਵੀ ਚਲੇ ਗਏ, ਤੁਸੀਂ ਵੀ ਚਲੇ ਗਏ? ਦੇਖੋ, ਪਹਿਲੀ ਗੱਲ ਤਾਂ ਇਹ ਗੱਲ ਸਮਝਣ ਦੀ ਹੈ ਕਿ ਸਾਡੀ ਪਾਰਟੀ ਜਿਹੜੀ ਹੈ ਦਿੱਲੀ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ, ਇਹ ਪਾਰਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਨ ਕਰ ਰਹੀ ਹੈ। ਸਾਡੀ ਕੋਈ ਰਾਜਨੀਤਿਕ ਮੋਟਿਵ ਨਹੀਂ ਨੇ, ਰਾਜਨੀਤਿਕ ਏਜੰਡਾ ਲੈ ਕੇ ਨਹੀਂ ਹੈ ਬਣੀ, ਇੱਕ ਨਿਰੋਲ ਧਾਰਮਿਕ ਪਾਰਟੀ ਬਣੀ ਹੈ ਜਿਹਨੇ ਗੁਰਦੁਆਰਾ ਦੇ ਪ੍ਰਬੰਧ ਦੇਖਣੇ ਨੇ, ਸਿੱਖਾਂ ਦੇ ਇਸ਼ੂਜ਼ ਨੂੰ ਦੇਖਣੇ ਨੇ, ਔਰ ਆਪਣੀ ਕੌਮ ਲਈ ਬਣਾਈ ਗਈ ਹੈ ਪਾਰਟੀ, ਔਰ ਜਿਹਦੇ ਵਿੱਚ ਤਕਰੀਬਨ ਜਿਹੜੀ ਮੈਜੋਰਟੀ ਅਸੀਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਥਰੂ ਆਏ ਸੀ, ਸਾਰੇ ਦੇ ਸਾਰੇ ਅੱਜ ਅਕਾਲੀ ਦਲ ਦਿੱਲੀ ਸਟੇਟ 'ਚ ਕਿਉਂ ਨੇ, ਸਮਝਣਾ ਪਏਗਾ। ਔਰ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਹਾਂ ਭਾਰਤੀ ਜਨਤਾ ਪਾਰਟੀ ਦਾ, ਮੇਰਾ ਉਹਨਾਂ ਦੇ ਨਾਲ ਸੁਖਾਵਾਂ ਇੱਕ ਰਿਲੇਸ਼ਨ ਨੇ, ਮੈਂ ਉਹਨਾਂ ਦੇ ਨਾਲ ਇੱਕ ਅਨਸੈਡ ਅਲਾਇੰਸ ਦੇ ਵਿੱਚ ਇੱਥੇ ਬੈਠਾ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕਦੀ ਵੀ ਸਿੱਖਾਂ ਦੀ ਕੋਈ ਲੋੜ ਪੈਂਦੀ ਹੈ, ਕਿਸੇ ਇਸ਼ੂਜ਼ ਦੇ ਉੱਤੇ ਲੋੜ ਪੈਂਦੀ ਹੈ, ਤਾਂ ਮੈਨੂੰ ਕੇਂਦਰ ਦੀ ਸਰਕਾਰ ਦੀ ਲੋੜ ਹੈ। ਉਹ ਕੇਂਦਰ ਦੀ ਸਰਕਾਰ ਜਿਹੜੀ ਮੇਰੀ ਆਈਡੀਓਲੋਜੀ ਨਾਲ ਥੋੜ੍ਹੀ ਜਿਹੀ ਰਾਬਤਾ ਰੱਖਦੀ ਹੋਏ, ਜਿਹੜੀ ਮੇਰੇ ਗੁਰੂ ਧਾਮਾਂ ਦੇ ਸਤਿਕਾਰ ਕਰਦੀ ਹੋਏ, ਗੁਰੂ ਸਿੱਖਾਂ ਦਾ ਸਤਿਕਾਰ ਕਰਦੀ ਹੋਏ, ਮੈਨੂੰ ਉਹਨਾਂ ਲੋਕਾਂ ਦੇ ਨਾਲ ਮਿਲਣਾ, ਇਹਦੇ ਇਲਾਵਾ ਮੇਰੇ ਕੋਲ ਹੋਰ ਕਿਹੜਾ ਰਸਤਾ ਹੈ ਦਿੱਲੀ ਦੇ ਵਿੱਚ? ਦਿੱਲੀ ਦੇ ਵਿੱਚ ਅੱਜ ਦੋ ਪਾਰਟੀਆਂ ਨੇ, ਇੱਕ ਪਾਸੇ ਇਹ ਇੰਡੀਆ ਦੀ ਅਲਾਇੰਸ ਬਣੀ ਹੋਈ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਪਾਰਟੀ ਹੈ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ। ਕਿਆ ਕਾਂਗਰਸ ਦੀ ਪਾਰਟੀ ਦੇ ਨਾਲ ਸਿੱਖ ਚੱਲ ਸਕਦਾ? ਦਿੱਲੀ ਦਾ ਸਿੱਖ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, 10,000 ਸਿੱਖ ਦਿੱਲੀ ਦੀ ਸੜਕਾਂ 'ਤੇ ਰੋਲਤਾ ਗਿਆ ਹੋਏ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਹੋਏ, ਸਾਡੇ ਭਰਾਵਾਂ ਦੇ ਗਲਿਆਂ ਦੇ ਵਿੱਚ ਟਾਇਰ ਪਾ ਕੇ ਸਾੜਤਾ ਗਿਆ ਹੋਏ, ਉਸ ਕਾਂਗਰਸ ਪਾਰਟੀ ਦੇ ਖਾਤੇ ਦੇ ਵਿੱਚ ਅੱਜ ਵੋਟ ਪਾਉਣਾ ਕਿਆ ਇੱਕ ਸਿੱਖ ਮੁਨਾਸਿਬ ਸਮਝੇਗਾ? ਸੋ ਇੱਕ ਪਾਸੇ ਇਹ ਪਾਰਟੀਆਂ ਨੇ, BJP ਨੂੰ ਕਿਵੇਂ ਜਸਟੀਫਾਈਡ ਹੈ? ਤੁਸੀਂ ਕਹਿੰਦੇ BJP ਨੂੰ ਵੋਟਾਂ ਪਾਓ ਸਿੱਖ, ਦੇਖੋ BJP ਨੂੰ ਵੋਟਾਂ ਪਾਓ ਕਿਉਂ ਪਾਉਣ? ਮੈਂ BJP ਦਾ ਸਪੋਕਸਪਰਸਨ ਨਹੀਂ ਹਾਂ, ਮਗਰ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਜਦ ਤੋਂ ਬੈਠਾ, ਮੈਂ ਉਹਨਾਂ ਦੇ ਤੁਹਾਡੇ ਕਾਰਜਕਾਲ ਦੇ ਵਿੱਚ ਕੰਮ ਦੱਸ ਸਕਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਕੋਈ ਸੌਖੀ ਗੱਲ ਸੀ? ਜਿਸ ਵਕਤ ਦੇਸ਼ ਦੇ ਇੱਕ ਦੂਜੇ ਦੇਸ਼ਾਂ ਦੇ ਆਪਸ ਵਿੱਚ ਸੁਖਾਵੇਂ ਰਿਲੇਸ਼ਨ ਨਾ ਹੋਣ, ਉਹਦੇ ਬਾਵਜੂਦ ਵੀ ਮੋਦੀ ਸਾਹਿਬ ਨੇ ਸਿੱਖਾਂ ਦੀ ਮੰਗ ਦੇ ਉੱਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਅੱਜ ਹਜ਼ਾਰਾਂ ਬੰਦੇ ਰੋਜ਼ ਉੱਥੇ ਦਰਸ਼ਨ ਕਰਨ ਜਾਂਦੇ ਨੇ ਬਿਨਾਂ ਕਿਸੇ ਵੀਜ਼ੇ ਦੇ, ਸਵੇਰੇ ਜਾਂਦੇ ਨੇ ਸ਼ਾਮੀ ਵਾਪਸ ਆਉਂਦੇ ਨੇ। ਇਹਦੇ ਨਾਲ ਜਦ ਪ੍ਰਧਾਨ ਮੰਤਰੀ ਸਾਹਿਬ ਬਦਰੀਨਾਥ ਦਰਸ਼ਨ ਕਰਨ ਜਾਂਦੇ ਨੇ, ਹੇਮਕੁੰਟ ਸਾਹਿਬ ਲਈ ਰੋਪਵੇ ਦਾ ਉਦਘਾਟਨ ਕਰਕੇ ਆਉਂਦੇ ਨੇ, ਉਹਦੇ ਲਈ ਬਜਟ ਪਾਸ ਕਰਕੇ ਆਉਂਦੇ ਨੇ ਕਿ ਇੱਥੇ ਰੋਪਵੇ ਬਣਾਇਆ ਜਾਏ, ਸਿੱਖਾਂ ਦਾ ਕਿਹੜਾ ਐਸਾ ਵੱਡਾ ਗੁਰਦੁਆਰਾ ਜਿਹਦੇ ਲਈ ਤੁਸੀਂ ਗੁਜਰਾਤ ਵਿੱਚ ਦੇਖੋ, ਵਰਲਡ ਦੀ ਬੁੱਕਸ 'ਚ ਗੁਜਰਾਤ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦਾ ਨਾਮ ਆਉਂਦਾ। ਸੋ ਮੈਂ ਸਮਝਦਾ ਕਿ ਜਿਹੜੇ ਕੰਮ 400 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਕਾਸ਼ ਦਿਹਾੜਾ
ਮੋਦੀ ਸਾਹਿਬ ਨੇ ਲਾਲ ਕਿਲੇ ਦੇ ਉੱਤੇ ਬਣਾਇਆ? ਕਿਆ ਦੁਨੀਆ 'ਤੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਬਣਾਇਆ? ਸਾਨੂੰ ਤਾਂ ਪਰਮਿਸ਼ਨਾਂ ਨਹੀਂ ਮਿਲਦੀਆਂ ਸੀ ਇਹਨਾਂ ਦੇ ਸਮੇਂ ਦੇ ਵਿੱਚ। ਪਰਮਜੀਤ ਸਿੰਘ ਸਰਨਾ ਕਹਿੰਦੇ ਨੇ ਕਿ ਬੀਜੇਪੀ ਅਤੇ ਆਰਐਸਐਸ ਤਾਂ ਐਂਟੀ ਸਿੱਖ ਆ ਗਈ। ਦੇਖੋ, ਪਰਮਜੀਤ ਸਿੰਘ ਸਰਨਾ ਦਾ ਕਹਿਣਾ ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਸੂਟ ਕਰਦਾ, ਕਿਉਂਕਿ ਉਹ ਸ਼ੁਰੂ ਤੋਂ ਇੱਕ ਕਾਂਗਰਸ ਮਤ ਦੇ ਰਹੇ ਨੇ। ਜਿਸ ਵਕਤ ਉਹ ਸੱਤਾ ਦੇ ਵਿੱਚ ਰਹੇ ਨੇ, ਉਹਨਾਂ ਨੇ ਇਹਨਾਂ ਸਟੇਜਾਂ ਦੇ ਉੱਤੇ ਬੁਲਾ ਕੇ ਸੱਜਣ ਕੁਮਾਰ, ਜਗਦੀਸ਼ ਟਾਇਟਲਰ ਨੂੰ ਓਨਰ ਕਰਦੇ ਰਹੇ, ਉਹਨਾਂ ਨੂੰ ਸਰੋਪੇ ਪਾਉਂਦੇ ਰਹੇ ਆ, ਉਹਨਾਂ ਦੀ ਹਮਾਇਤ ਕਰਦੇ ਰਹੇ ਨੇ। ਦਿੱਲੀ ਦੇ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਲਵਲੀ ਇਹਨਾਂ ਦੇ ਨਾਲ ਪਾਰਟਨਰ ਵੀ ਹੈ, ਵਪਾਰ ਦੇ ਵਿੱਚ ਵੀ ਪਾਰਟਨਰ ਹੈ ਔਰ ਹਰ ਕੰਮ ਦੇ ਵਿੱਚ ਇਹਨਾਂ ਦੇ ਨਾਲ ਪਾਰਟਨਰ ਹੈ। ਕਿਉਂਕਿ ਇਹਨਾਂ ਦੇ ਜਿਹੜੇ ਕੰਮ ਨੇ ਉਹ ਮੈਂ ਨਿੱਜੀ ਤੌਰ 'ਤੇ ਨਹੀਂ ਜਾਣਾ, ਇਹਨਾਂ ਦੇ ਪਰਿਵਾਰਾਂ ਦੇ ਜਾਂ ਇਹਨਾਂ ਦੇ ਜਿਹੜੇ ਲਿਕਰ ਦੇ ਕੰਮ ਚੱਲ ਰਹੇ ਨੇ ਉਹਨਾਂ ਵਾਲੇ ਪਾਸੇ ਨਾ ਚਾਹੀਏ, ਕਿਉਂਕਿ ਇਹਨਾਂ ਨੂੰ ਉਹਨਾਂ ਦੀ ਸਾਥ ਚੱਲਦਾ ਰਿਹਾ ਪਿਛਲੇ ਸਾਲਾਂ ਤੋਂ। ਉਹਨਾਂ ਨੂੰ ਕਾਂਗਰਸ ਨੂੰ ਉੱਪਰ ਚੁੱਕਣ ਵਸੇ ਉਹਨਾਂ ਨੇ ਬੀਜੇਪੀ ਨੂੰ ਥੱਲੇ। ਮੈਨੂੰ ਇੱਕ ਗੱਲ ਦੱਸ ਦੇਣ ਕਿ ਅਗਰ ਬੀਜੇਪੀ ਦੇ ਨਾਲ ਇਹਨਾਂ ਦੀ ਪ੍ਰੋਬਲਮ ਸੀ ਤਾਂ ਫਿਰ ਕਿਉਂ ਤਰਲੇ ਚੱਟਦੇ ਰਹੇ ਬੀਜੇਪੀ ਨਾਲ ਸਾਂਝ ਕਰਨ ਵਸੇ, ਔਰ ਆਪਣੇ ਪ੍ਰਧਾਨ ਨੂੰ ਕਿਉਂ ਨਹੀਂ ਕਿਹਾ ਜੀ ਕਿ ਅਸੀਂ ਤੁਸੀਂ ਬੀਜੇਪੀ ਨਾਲ ਸਾਂਝ ਨਹੀਂ ਕਰੋਗੇ? ਤੁਹਾਡੇ ਸਾਹਮਣੇ ਅਕਾਲੀ ਦਲ ਨੇ ਪੂਰਾ ਜ਼ੋਰ ਲਾਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਇਸ ਇਲੈਕਸ਼ਨਾਂ 'ਚ ਅਲਾਇੰਸ ਕਰਨ ਦਾ। ਸੋ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਕਿ ਇਹਨਾਂ ਲੋਕਾਂ ਨੂੰ ਇਸ ਦੇ ਕੋਲੋਂ ਕੋਈ ਅੱਜ ਲੋਕਮਤ ਨਹੀਂ ਹੈਗਾ, ਲੋਕ ਇਹਨਾਂ ਦੇ ਨਾਲ ਨਹੀਂ ਹੈਗੇ। ਜਿਸ ਤਰੀਕੇ ਦੇ ਨਾਲ ਅਸੈਂਬਲੀ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ, ਤਿੰਨ ਵੀ ਕਿਉਂ, ਦੋ ਸੀਟਾਂ ਦੇ ਉੱਤੇ ਜੇ ਅਕਾਲੀ ਦਲ ਰਹਿ ਗਈ ਹੈ ਤਾਂ ਅਲਾਇੰਸ ਅੱਜ ਨਹੀਂ ਹੋਇਆ ਅਤੇ ਅੱਜ ਆਰਐਸਐਸ ਔਰ ਬੀਜੇਪੀ ਦੇ ਏਜੰਡੇ ਵਿੱਚ। ਸਰਨਾ ਸਾਹਿਬ ਕਿੱਥੇ ਜ਼ੋਰ ਲਾ ਰਹੇ ਸੀ? ਸਰਨਾ ਸਾਹਿਬ ਨੇ ਜਿਸ ਵਕਤ ਅਲਾਇੰਸ ਕਰਾਉਣ ਦੇ ਚੱਕਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਬੂਤ ਦੇ ਸਕਦੇ ਹੋ? ਕਿਉਂਕਿ ਉਹ ਤਾਂ ਬੈਕਐਂਡ 'ਤੇ ਤਾਂ ਸਿੱਧੀ ਗੱਲ ਤਾਂ ਸੁਖਬੀਰ ਬਾਦਲ ਦਾ ਇੱਥੋਂ ਤੱਕ ਕਹਿੰਦੇ ਰਹੇ ਕਿ ਮੇਰੀ ਤਾਂ ਕੋਈ ਮੀਟਿੰਗ ਹੀ ਨਹੀਂ ਹੋਈ। ਦੇਖੋ, ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਚੱਲ ਰਹੀ ਹੁਣ। ਇਹ ਕਹਿੰਦੇ ਮੀਡੀਆ 'ਚ ਗੱਲਾਂ ਚੱਲਦੀਆਂ। ਦੇਖੋ, ਮੈਂ ਕੋਈ ਉਹਨਾਂ ਦੇ ਸਪਾਈ ਕੈਮਰਾਜ਼ ਨਹੀਂ ਲਗਾ ਰੱਖੇ ਕਿ ਮੈਂ ਇਹ ਕਹਿ ਸਕਾਂ ਕਿ ਸਰਨਾ ਸਾਹਿਬ ਬਟ ਸਰਨਾ ਸਾਹਿਬ ਦੀਆਂ ਮੀਟਿੰਗਾਂ, ਸਰਨਾ ਸਾਹਿਬ ਦੇ ਗੱਲਬਾਤ ਜਗ ਜ਼ਾਹਿਰ ਹੈ ਕਿ ਉਹ ਹਰ ਪਾਸੋਂ ਕੋਸ਼ਿਸ਼ ਕਰਦੇ ਰਹੇ ਨੇ ਕਿ ਕਿਸੇ ਤਰੀਕੇ ਸਾਡੇ ਬੀਜੇਪੀ ਨਾਲ ਅਲਾਇੰਸ ਹੋ ਜਾਏ ਅਤੇ ਸਾਡਾ ਅਕਸ ਬਚ ਜਾਏ। ਅਸੀਂ ਅੱਜ ਕਿਧਰੇ ਨਾ ਕਿਧਰੇ ਖਲੋਤੇ ਹਾਂ ਅਤੇ ਅਸੀਂ ਅਲਾਇੰਸ ਦੇ ਮੁੱਦੇ ਦੇ ਉੱਤੇ ਫਿਰ ਦੁਬਾਰਾ ਖਲੋ ਸਕਾਂਗੇ ਅੱਜ ਜਿੱਥੇ ਰਹੇ ਅਸੀਂ ਇਸ ਹਾਸ਼ਰ 'ਤੇ ਆ ਚੁੱਕੇ ਹਾਂ। ਸੋ ਮੈਂ ਸਰਨਾ ਸਾਹਿਬ ਦੀ ਗੱਲ ਦਾ ਕਿਧਰੇ ਪਾਸੇ ਨਾ ਬੁਰਾ ਮੰਨਦਾ, ਕਿਉਂਕਿ ਉਹ ਉਮਰ ਦੇ ਇੱਕ ਇਸ ਜਿਹੇ ਪੜਾਵ 'ਚ ਆ ਚੁੱਕੇ ਨੇ ਕਿ ਉਹਨਾਂ ਨੂੰ ਆਪ ਨਹੀਂ ਪਤਾ ਚੱਲਦਾ ਉਹ ਸਵੇਰੇ ਕੀ ਗੱਲ ਕਰ ਰਹੇ ਨੇ, ਸ਼ਾਮੀ ਕੀ ਗੱਲ ਕਰ ਰਹੇ ਨੇ। ਬਟ ਜਿੱਥੇ ਤੱਕ ਅਕਾਲੀ ਦਲ ਦਾ ਹੀ ਗੱਲ ਹੈ, ਤੁਹਾਨੂੰ ਸਾਰੇ ਪੰਜਾਬ ਨੂੰ ਜਗ ਜ਼ਾਹਿਰ ਹੈ ਕਿ ਅਕਾਲੀ ਦਲ ਨੇ ਲੜੀਆਂ ਕੱਟੀਆਂ ਨੇ ਕਿ ਨਹੀਂ ਕੱਟੀਆਂ। ਸੋ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਕਰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਜੇਕਰ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਅਸੀਂ ਕੌਸ਼ਿਕ ਦੇ ਕੌਮ ਦੇ ਵੱਡੇ ਇਸ਼ੂਜ਼ ਹੋਰ ਸੋਲਵ ਕਰ ਸਕਦੇ ਹਾਂ, ਤਾਂ ਉਹ ਵੀ ਜ਼ਰੂਰ ਇਹਦੇ ਨਾਲ ਅਲਾਇੰਸ ਕਰ ਲੈਣ, ਹੁਣ ਵੀ ਕਰ ਲੈਣ, ਇਲੈਕਸ਼ਨ ਤੋਂ ਬਾਅਦ ਵੀ ਕਰ ਲੈਣ। ਅਸੀਂ ਸੁਖਬੀਰ ਬਾਦਲ ਕਹਿੰਦੇ ਆ ਮੈਨੂੰ ਪੰਥ ਪਿਆਰਾ ਹੈਗਾ, ਮੈਨੂੰ ਵਿਚਾਰ ਪਿਆਰਾ ਹੈਗਾ, ਮੈਨੂੰ ਸਿੱਖਾਂ ਦੇ ਮਸਲੇ ਪਿਆਰੇ ਨੇ, ਮੇਰੇ ਲਈ ਚੋਣਾਂ ਕੋਈ ਇੰਪੋਰਟੈਂਟ ਨਹੀਂ। ਨਹੀਂ ਦੇਖੋ, ਸੁਖਬੀਰ ਸਾਹਿਬ, ਸੁਖਬੀਰ ਬਾਦਲ ਸਾਹਿਬ ਦੀ ਬੜੀ ਇੱਕ ਮੈਂ ਸਮਝਦਾ ਵੱਡੀ ਦਰਿਆ ਦਿੱਲੀ ਹੈ, ਫਿਰਾਕ ਦਿੱਲੀ ਹੈ ਕਿ ਅਚਾਨਕ 2 ਸਾਲਾਂ ਦੇ ਵਿੱਚ ਉਹਨਾਂ ਨੂੰ ਪੰਥ ਪਿਆਰਾ ਲੱਗਣ ਲੱਗ ਪਿਆ। 10 ਸਾਲ ਡਿਪਟੀ ਸੀ ਐੱਮ ਪੰਜਾਬ ਦੇ ਰਹੇ ਹੈ, 10 ਸਾਲ ਸਰਕਾਰ ਰਹੀ ਹੈ ਪੰਥ ਦੀ ਲਗਾਤਾਰ, ਪੁਰਾਣੀ ਗੱਲਾਂ ਛੱਡ ਦਿਓ, ਇਹ 10 ਸਾਲਾਂ ਦੇ ਵਿੱਚ ਮੈਨੂੰ ਦੱਸੋ ਕਿਹੜਾ ਇਹਨਾਂ ਨੇ ਸਿੱਖਾਂ ਦਾ ਇਸ਼ੂ ਚੁੱਕਿਆ, ਕਿਹੜਾ ਪੰਥ ਦਾ ਇਸ਼ੂ ਚੁੱਕਿਆ, ਕਿਹੜੀ ਬੰਦੀ ਸਿੰਘਾਂ ਦਾ ਇਹਨਾਂ ਨੇ ਇੱਕ ਮਤਾ ਵੀ ਪਾਸ ਕੀਤਾ ਹੋਏ ਆਪਣੀ ਅਸੈਂਬਲੀ ਦੇ ਵਿੱਚ। ਇਹ 10 ਸਾਲਾਂ ਦੀ ਮੋਦੀ ਸਰਕਾਰ ਦੇ ਵਿੱਚ 8 ਸਾਲ ਭਾਈਵਾਲ ਰਹੇ ਨੇ ਉਹਨਾਂ ਦੇ, ਉਹਨਾਂ ਦੇ ਨਾਲ ਵਜ਼ਾਰਤਾਂ ਮਾਣੀ ਹੈ, ਬੀਬਾ ਹਰਸਿਮਰਤ ਕੌਰ ਨਾਰ ਦੀ ਕੁਰਸੀ 'ਤੇ ਬੈਠਦੇ ਸੀ ਅਮਿਤ ਸ਼ਾਹ ਦੀ, ਸੁਖਬੀਰ ਸਿੰਘ ਬਾਦਲ ਪਾਰਲੀਮੈਂਟ 'ਚ ਨਾਲ ਬੈਠਦੇ ਰਹੇ ਹੈ, ਤਦ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ, ਤਦ ਪੰਥ ਦੀ ਗੱਲ ਕਿਉਂ ਨਹੀਂ ਕੀਤੀ? ਪੰਥ ਦਾ ਸਭ ਤੋਂ ਵੱਡਾ ਅੱਜ ਮੁੱਦਾ ਹੈ ਜਿਹੜਾ ਬਰਗਾੜੀ ਦਾ ਕਾਂਡ ਹੈ, ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ, ਪੰਥ ਦੀ ਸਰਕਾਰ ਹੋਵੇ, ਸਟੇਟ ਵਰਸਿਸ ਗੁਰਮੀਤ ਰਾਮ ਰਹੀਮ ਦਾ ਕੇਸ ਬਣਿਆ ਹੋਏ ਅਤੇ ਤੁਸੀਂ ਕੇਸ ਵਿਦਡਰਾਅ ਕਰ ਲਓ, ਇਹ ਤੁਹਾਡਾ ਪੰਥ ਦਾ ਦਰਦ ਹੈ।
ਡੇਰੇ ਦੇ ਮੁਖੀ ਨੂੰ ਜਿਹਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਤੋਂ ਦੂਰ ਰਹਿਣ ਨੂੰ ਕਿਹਾ ਗਿਆ, ਤੁਸੀਂ ਉਹਨੂੰ ਬੁਲਾ ਕੇ ਉੱਥੇ ਜਬਰਨ ਉਹਦੀ ਮਾਫ਼ੀ ਦਵਾਈ ਗਈ ਤੁਹਾਡੇ ਕਾਰਜਕਾਲ 'ਚ ਹੋਈ। ਤੁਸੀਂ ਸਰਕਾਰ ਚਲਾਉਂਦੇ ਚਲਾਉਂਦੇ ਭੁੱਲ ਗਏ ਕਿ ਪੰਥ ਦੀਆਂ ਵੋਟਾਂ ਤੋਂ ਤੁਸੀਂ ਆਇਓ, ਤੁਸੀਂ ਕਿਸਾਨਾਂ ਦੀ ਵੋਟਾਂ ਤੋਂ ਆਇਓ, ਤੁਸੀਂ ਸਾਰਾ ਕੁਝ ਖੇਰੂ ਖੇਰੂ ਕਰਤਾ ਸਿਰਫ ਆਪਣੇ ਆਪ ਨੂੰ, ਔਰ ਹੁਣ ਕੀ ਕੀਤਾ, ਹੁਣ ਵੀ ਇਹੀ ਹੋ ਰਿਹਾ। ਅੱਜ ਤੁਸੀਂ ਜਦੋਂ ਸਾਰਾ ਕੁਝ ਹੋ ਰਿਹਾ ਸੀ ਤਾਂ ਤੁਸੀਂ ਵੀ ਨਾਲ ਹੁੰਦੇ ਸੀ ਕਲਕੱਤਾ? ਦੇਖੋ ਜੀ, ਮੈਂ ਗੱਲ ਸੁਣੋ, ਸਿਰਸਾ ਸਾਹਿਬ ਵੀ ਨਾਲ ਸੀ। ਨਹੀਂ ਨਹੀਂ, ਬਿਲਕੁਲ ਠੀਕ ਕਹਿ ਰਹੇ ਹੋ ਯਾਦਵਿੰਦਰ ਜੀ, ਇੱਕ ਸਮਾਂ ਹੁੰਦਾ ਜਦ ਤੁਸੀਂ ਪਾਰਟੀ ਦੇ ਇੱਕ ਨੁਮਾਇੰਦੇ ਹੋ। ਤੁਸੀਂ ਉਦੋਂ ਰਿਜ਼ਾਈਨ ਨਹੀਂ ਕੀਤਾ ਵੀ ਬਰਗਾੜੀ ਹੋ ਗਿਆ ਜਾਂ ਡੇਰੇ ਸਿਰਸੇ ਨੂੰ ਮਾਫੀ ਦਿੱਤੀ, ਮੈਂ ਰਿਜ਼ਾਈਨ ਕਰਦਾ? ਮੈਂ ਤੁਹਾਨੂੰ ਦੱਸਦਾ ਵਾਂ, ਇਹਦਾ ਸਭ ਤੋਂ ਵੱਡਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਕਿ ਜਦ 2022 ਦੀਆਂ ਅਸੀਂ ਇਲੈਕਸ਼ਨਾਂ ਲੜੀਆਂ, 2021 ਦੀਆਂ, ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਦੇ ਇਲੈਕਸ਼ਨ ਹੋਏ ਸ਼੍ਰੋਮਣੀ ਅਕਾਲੀ ਦਲ ਦੀ, PTC ਦਾ ਚੈਨਲ ਹੋਵੇ, ਇਹਨਾਂ ਦਾ ਆਪਣਾ ਚੈਨਲ ਹੋਵੇ, ਔਰ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੋਟੋ ਤੱਕ ਨਾ ਹੋਵੇ, ਸਿਰਫ ਦੋ ਫੋਟੋਆਂ 'ਤੇ ਉੱਥੇ ਇਲੈਕਸ਼ਨ ਲੜੀ ਗਈ, ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਸਰਦਾਰ ਹਰਮੀਤ ਸਿੰਘ ਕਾਲਕੇ ਦੇ ਨਾਮ ਦੇ ਉੱਤੇ ਦਿੱਲੀ ਦੇ ਵਿੱਚ। ਦਿੱਲੀ ਦੇ ਸਿੱਖਾਂ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਹੈ ਕਿ ਜਿਹੜੇ ਬੰਦੇ ਬਰਗਾੜੀ ਦਾ ਕਾਂਡ ਕਰ ਸਕਦੇ ਨੇ, ਜਿੱਥੇ 328 ਸਰੂਪਾਂ ਦੀ ਚੋਰੀ ਦਾ ਜਿਨ੍ਹਾਂ 'ਤੇ ਇਲਜ਼ਾਮ ਹੋਏ, ਅਸੀਂ ਸੰਗਤ ਦੇ ਵਿੱਚ ਸਾਡੇ ਮੈਂਬਰ ਜਾਂਦੇ ਸੀ ਅਤੇ ਉਹਨਾਂ ਨੂੰ ਇਹ ਜਵਾਬ ਮਿਲਦਾ ਸੀ, ਮਗਰ ਕਰੀਏ ਕੀ ਅਸੀਂ? ਅਸੀਂ ਜੰਮੇ ਅਕਾਲੀ ਹਾਂ, ਅਸੀਂ ਅਕਾਲੀ ਦਲ ਦੇ ਵਿੱਚ ਰਹਿਣਾ, ਅਕਾਲੀ ਦਲ ਦੇ ਵਿੱਚ ਮਰਨਾ ਹੈ, ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਮਝਾ ਸਕਦੇ ਹਾਂ, ਮਗਰ ਜਿਸ ਵਕਤ ਨਹੀਂ ਸਮਝੇ, ਸਮਝਣ ਤੋਂ ਬਾਅਦ ਇਹੋ ਜਿਹੇ ਹਾਲਾਤ ਉਹਨਾਂ ਨੇ ਪੈਦਾ ਕਰਤੇ ਕਿ ਸਾਨੂੰ ਦਿੱਲੀ ਦੇ ਸਿੱਖਾਂ ਨੂੰ ਅਲੱਗ ਫੈਸਲਾ ਲੈਣਾ ਪਿਆ। ਅਸੀਂ ਦਿੱਲੀ ਦੇ ਸਿੱਖਾਂ ਲਈ ਔਰ ਦਿੱਲੀ ਤੋਂ ਬਾਹਰ ਪੰਜਾਬ ਨੂੰ ਛੱਡ ਕੇ ਦੁਨੀਆ ਭਰ ਦੇ ਜਿੰਨੇ ਵੀ ਸਿੱਖ ਨੇ, ਅੱਜ ਸਭ ਤੋਂ ਪਹਿਲੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਉਹ ਸਾਡੇ 'ਤੇ ਨਜ਼ਰ ਰੱਖਦੇ ਨੇ। ਅੱਜ ਤੁਸੀਂ ਕੌਣ ਹੋ ਗਏ, ਅਕਾਲੀ ਹੋ ਜਾਂ ਕੁਛ ਹੋਰ ਹੋ? ਮੈਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਪ੍ਰਧਾਨ ਹਾਂ, ਕੌਮੀ ਪ੍ਰਧਾਨ ਹਾਂ, ਔਰ ਮੈਂ ਅਕਾਲੀ ਹਾਂ, ਅਕਾਲੀ ਰਹਾਂਗਾ, ਹਮੇਸ਼ਾ ਅਕਾਲੀ ਰਹੋਗੇ? ਬਿਲਕੁਲ, ਅਕਾਲੀ ਦਲ ਦੇ ਵਿੱਚ ਹਾਂ, ਅਕਾਲੀ ਦਲ ਦੇ ਨਾਲ ਰਹਾਂਗਾ। ਮੇਰਾ ਅਲਾਇੰਸ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਉੱਥੇ ਹੋ ਸਕਦਾ, ਮਗਰ ਮੇਰੇ ਧਾਰਮਿਕ ਸੰਸਥਾਨਾਂ ਦੇ ਉੱਤੇ ਕਿਸੇ ਦੀ ਇੰਟਰਫਰੈਂਸ ਬਤੌਰ ਅਕਾਲੀ ਹੁੰਦੇ ਮੈਂ ਬਰਦਾਸ਼ਤ ਨਹੀਂ ਕਰਾਂਗਾ, ਬਤੌਰ ਗੁਰੂ ਕਾ ਸਿੱਖ ਹੁੰਦੇ ਮੈਂ ਬਰਦਾਸ਼ਤ ਨਹੀਂ ਕਰਾਂਗਾ। ਇਸ ਕਰਕੇ ਮੈਨੂੰ ਅਕਾਲੀ ਹੋਣ ਦਾ ਸਰਟੀਫਿਕੇਟ ਨਾ, ਮੇਰੇ ਗ੍ਰੈਂਡਫਾਦਰ ਅਕਾਲੀ ਦਲ 'ਚ, ਉਹਨਾਂ ਨੇ ਸਾਰੀਆਂ ਇਲੈਕਸ਼ਨਾਂ ਲੜੀਆਂ, ਮੈਂ ਅਕਾਲੀ ਦਲ ਦੇ ਵਿੱਚ ਲੜੀਆਂ, ਅਕਾਲੀ ਦਲ ਦੇ ਨਾਲ ਰਹੇ, ਸਾਡਾ ਪਰਿਵਾਰ ਅਕਾਲੀ ਹੈ, ਔਰ ਅਕਾਲੀ ਦਲ ਦੇ ਵਿੱਚ ਰਵਾਂਗੇ। ਔਰ ਕਹਿੰਦੇ ਅਸਲੀ ਅਕਾਲੀ ਦਲ ਤਾਂ ਸਾਡੇ ਕੋਲ ਆ, ਮੇਨ ਅਕਾਲੀ ਜਿਹੜਾ ਅਕਾਲੀ ਦਲ ਉਹ ਤਾਂ ਸਾਡੇ ਕੋਲ ਹੈਗਾ। ਦੇਖੋ, ਮੈਂ ਸਮਝਦਾ ਕਿ ਇੱਕ ਬੱਚਾ ਕਲਾਸ ਦਾ, ਹੁਣ ਮੈਂ ਇਗਜ਼ਾਮਪਲ ਨਹੀਂ ਦੇਣਾ ਚਾਹੁੰਦਾ, ਉਹ ਫਿਰ ਬਾਦਲ ਸਾਹਿਬ ਦੇ ਨਾਲ ਅਸੀਂ ਰਹੇ ਹਾਂ ਅਤੇ ਸਾਨੂੰ ਉਹ ਚੰਗਾ ਨਹੀਂ ਲੱਗੇਗਾ, ਬਟ ਜਿਸ ਵਕਤ ਕਲਾਸ ਦਾ ਬੱਚਾ ਫੇਲ ਹੋ ਜਾਏ ਨਾ, ਤਾਂ ਉਹਨੂੰ ਆਪ ਦੂਸਰੀ ਕਲਾਸ ਰਿਪੀਟ ਕਰ ਲੈਣੀ ਚਾਹੀਦੀ ਹੈ, ਨਾ ਕਿ ਧੱਕੇ ਦੇ ਨਾਲ ਆਪਣੇ ਮਾਂ ਪਿਓ ਦੇ ਪ੍ਰਭਾਵ ਹੇਠ ਕਿ ਦੂਜੀ ਕਲਾਸ 'ਚ ਸ਼ਿਫਟ ਹੋ ਜਾਣਾ ਚਾਹੀਦਾ, ਉਹਨੂੰ ਸੀਨੀਅਰ ਕਲਾਸ ਲੈ ਲੈਣੀ ਚਾਹੀਦੀ ਹੈ। ਸੋ ਇੱਕ ਫੇਲ ਹੋ ਚੁੱਕਾ ਸਿਸਟਮ ਹੈ, ਉਹਨੂੰ ਬਦਲਾਵ ਲਿਆਉਣ ਵਾਸਤੇ ਅਕਾਲੀ ਦਲ ਦੇ ਵਿੱਚ ਬਦਲਾਵ ਦੀ ਬਹੁਤ ਵੱਡੀ ਲੋੜ ਹੈ, ਔਰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸਮਝ ਲੈਣੀ ਚਾਹੀਦੀ ਹੈ। ਅੱਜ ਤੁਸੀਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚ ਲੈ ਕੇ ਆਏ ਜੇ, ਉਹਨਾਂ ਨਾਲ ਵਾਅਦੇ ਕਰਕੇ ਆਏ ਹੋ, ਅੱਜ ਤੁਸੀਂ ਸਾਰੀ ਵਾਅਦਾ ਖਿਲਾਫੀ ਸਿਰਫ ਕਿਹਦੇ ਵਾਸਤੇ ਕੀਤੀ? ਸਿਰਫ ਇੱਕੋ ਇੱਕ ਸੀਟ ਤੁਹਾਡਾ ਫੋਕਸ ਹੈ, ਬਠਿੰਡੇ ਦੀ ਸੀਟ ਤੁਹਾਡਾ ਜਿੱਤਣ ਦਾ, ਅੱਜ ਹੋਰ ਕੋਈ ਤੁਹਾਡਾ ਏਜੰਡਾ ਨਹੀਂ ਹੈ ਪੰਜਾਬ ਦੇ ਵਿੱਚ, ਸਿਰਫ ਉਹ ਸੀਟ ਜਿੱਤਣ ਦਾ ਇਸ ਇਲੈਕਸ਼ਨ ਦੇ ਵਿੱਚ। ਸੁਖਬੀਰ ਸਿੰਘ ਬਾਦਲ ਕਹਿੰਦੇ ਢੀਂਡਸਾ ਨਾਲ ਕੋਈ ਕਮਿਟਮੈਂਟ ਨਹੀਂ ਹੋਈ ਸਾਡੀ, 0% ਵੀ ਬੋਲਬਾਣੀ 'ਚ ਨਾ ਲਿਖਤੀ ਨਾ ਬੋਲਬਾਣੀ 'ਚ ਨਾ ਵਰਬਲ ਕੋਈ ਗੱਲਬਾਤ ਹੋਈ ਕਿ ਅਸੀਂ ਇਹ ਸੀਟ, ਹਾਲਾਂਕਿ ਮੈਂ ਪੁੱਛਿਆ ਕਹਿੰਦੇ ਆਉਂਦੇ ਉਹਨਾਂ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਗੱਲ ਹੀ, ਕਦੇ ਸ਼ਰਤ ਹੀ ਰੱਖੀ। ਦੇਖੋ ਯਾਦਵਿੰਦਰ ਜੀ, ਇਹ ਵੀ ਦੱਸਿਆ ਕਿ ਹੋਰਾਂ ਨੂੰ ਆਪਾਂ ਉਰੇ ਐਕਟਿਵ ਕੀਤਾ ਹੋਇਆ, ਇਹ ਵਰਜ਼ਨ ਜਿਹੜਾ ਹੈ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਹੈ, ਤੁਸੀਂ ਦੂਜਾ ਪਾਸਾ ਢੀਂਡਸਾ ਸਾਹਿਬ ਦਾ ਵੀ ਜਾ ਕੇ ਲੈ ਲਓ, ਕਿਆ ਉਹਨਾਂ ਨੂੰ ਪਾਰਟੀ ਦੇ ਵਿੱਚ ਕਿਹਾ ਨਹੀਂ ਗਿਆ ਕਿ ਪਰਮਿੰਦਰ ਨੂੰ ਇਲੈਕਸ਼ਨ ਲੜਾਈ ਜਾਏਗੀ? ਸੋ ਇਹ ਏਜੰਡਾ ਉਹਨਾਂ ਦੀ ਪਾਰਟੀ ਦਾ ਹੋ ਸਕਦਾ ਹੈ, ਆਪਾਂ ਉਹਦੇ ਉੱਤੇ ਡਿਸਕਸ਼ਨ ਲੰਬੀ ਨਾ ਕਰੀਏ, ਅਸੀਂ ਕੌਮ ਦੀ ਗੱਲ ਕਰੀਏ। ਅੱਜ ਪੰਥ ਦਾ ਕਿਹੜਾ ਐਸਾ ਕੰਮ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੀ ਪ੍ਰਧਾਨਗੀ ਹੇਠ ਪੰਥ ਦਾ ਇੱਕ ਵੱਡਾ ਕਾਰਜ ਕੀਤਾ, ਇੱਕ ਵੱਡਾ ਕਾਰਜ ਜਿਹੜਾ ਅੱਜ ਪੰਥ ਦਾ ਦਰਦ ਹੈ? ਕਿਉਂ ਨਹੀਂ ਆਪਣੇ ਕਾਰਜਕਾਲ ਦੇ ਵਿੱਚ ਬਰਗਾੜੀ ਦੇ ਜਿਹੜੇ ਮੁਲਾਜ਼ਮ ਸੀ, ਤੁਸੀਂ ਆਪ ਸੋਚੋ, ਡੇਰਾ ਆਪਣਾ ਬੁਰਜ ਜਵਾਹਰ ਸਿੰਘ ਵਾਲਾ, ਜਿੱਥੋਂ ਮਹਾਰਾਜ ਦਾ ਸਰੂਪ ਚੋਰੀ ਹੁੰਦਾ,
ਉਹਦੀ ਜਿਹੜੀ ਸਾਹਮਣੇ ਉਹਦੀ ਦੁਕਾਨ ਸੀ, ਮੈਨੂੰ ਮੁੰਡੇ ਦਾ ਨਾਮ ਯਾਦ ਨਹੀਂ ਆ ਰਿਹਾ, ਜਿਹਨੇ ਸਾਰੀ ਰੈਕੀ ਕਰਕੇ ਸਾਰੀ ਉੱਥੇ ਉਹਨਾਂ ਨੂੰ ਡੇਰਾ ਪ੍ਰੇਮੀਆਂ ਨੂੰ ਸਾਰਾ ਕੁਝ ਦੱਸਿਆ ਸਰਸਾ ਨਾਲ ਜੁੜਿਆ ਹੋਇਆ ਸੀ ਮੁੰਡਾ। ਉਹ ਮੁੰਡੇ ਨੂੰ ਜਿਸ ਵਕਤ ਪਤਾ ਚੱਲਿਆ ਜਿਹਦੇ ਕਰਕੇ ਉੱਥੋਂ ਮਹਾਰਾਜ ਦੇ ਸਰੂਪ ਚੋਰੀ ਹੋਏ, ਔਰ ਜਿਸ ਵਕਤ ਮੁੰਡਿਆਂ ਨੂੰ ਪਤਾ ਚੱਲਿਆ ਉਹਨਾਂ ਨੇ ਉਸ 'ਤੇ ਸੌਦਾ ਲਾਇਆ। ਤੁਹਾਡੀ ਪੰਥ ਦੀ ਸਰਕਾਰ ਸੀ, ਤੁਸੀਂ ਕੀ ਕੀਤਾ? ਉਹ ਮੁੰਡੇ 'ਤੇ ਅੰਦਰ ਕਰਤੇ, ਔਰ ਜਿਹੜੀ ਉਹਦੀ ਘਰ ਵਾਲੀ ਸੀ ਉਹਨੂੰ 10 ਲੱਖ ਰੁਪਈਆ ਵੀ ਦਿੱਤਾ ਸਰਕਾਰ ਵੱਲੋਂ, ਔਰ ਉਹਨੂੰ ਪੰਜਾਬ ਪੁਲਿਸ 'ਚ ਭਰਤੀ ਕਰਤਾ। ਤੁਹਾਡਾ ਇਹ ਪੰਥ ਦਾ ਦਰਦ ਹੈ? ਤੁਹਾਨੂੰ ਜਿਹੜੀ ਮੈਂ ਗੱਲ ਦੱਸੀ ਹੈ ਕਿ ਕੇਸ ਚੱਲ ਰਿਹਾ ਸਟੇਟ ਵਰਸਿਸ, ਤੁਸੀਂ ਕੇਸ ਵਾਪਸ ਕਰਤਾ। ਤੁਸੀਂ ਮੈਨੂੰ ਇਹ ਦੱਸੋ ਕਿ ਪੰਥ ਲਈ ਕਿਹੜਾ ਕੰਮ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕੀਤਾ ਕਿ ਅੱਜ ਪੰਥ ਕੋਲੋਂ ਤੁਸੀਂ ਵੋਟਾਂ ਮੰਗਣ ਦੇ ਹੱਕਦਾਰ ਬਣ ਗਏ? ਅਕਾਲੀ ਦਲ ਪੰਥ ਦੀ ਲੜਾਈ ਕਰਦਾ ਆਇਆ। ਅਕਾਲੀ ਦਲ ਦੇ ਇਹਨਾਂ ਦੇ ਪਿਤਾ ਜੀ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਹੁਤ ਸਾਲ ਜੇਲ੍ਹਾਂ ਵੀ ਕੱਟੀਆਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਏ ਹਾਂ। ਸਾਨੂੰ ਉਮੀਦ ਰਹੀ ਹੈ ਕਿ ਆਖਰੇ ਸਮੇਂ ਦੇ ਵਿੱਚ ਵੀ ਕੋਈ ਨਾ ਕੋਈ ਐਸਾ ਚੇਂਜ ਲੈ ਕੇ ਜਾਣਗੇ, ਮਗਰ ਜਿਸ ਤਰੀਕੇ ਦੇ ਨਾਲ ਪਰਿਵਾਰ ਇੱਕ ਹਾਵੀ ਹੋ ਜਾਂਦਾ ਇੱਕ ਬਜ਼ੁਰਗ ਬੰਦੇ ਦੇ ਉੱਤੇ, ਉਹ ਪਰਿਵਾਰ ਹਾਵੀ ਹੋਣ ਕਰਕੇ ਬਾਦਲ ਸਾਹਿਬ ਦੀ ਨਾ ਹੀ ਚੱਲ ਸਕੀ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਨਹੀਂ ਚੱਲ ਸਕੀ। ਔਰ ਉਹ ਦੇਖਿਆ ਤੁਸੀਂ ਉਹਦਾ ਕੀ ਹਾਸ਼ਰ ਹੋਇਆ ਕਿ ਜਾਂਦੇ ਜਾਂਦੇ ਵੀ ਉਹਨਾਂ ਨੇ ਕੌਮ ਦਾ ਜਿਹੜੀ ਸੰਗਤ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਦੀ ਨਮੋਸ਼ੀ ਲੈ ਕੇ ਗਏ। ਤੁਸੀਂ ਕਿਹਾ ਕਿ ਸਿਸਟਮ ਫੇਲ ਹੋ ਚੁੱਕਿਆ, ਪ੍ਰਧਾਨ ਫੇਲ ਹੋ ਚੁੱਕਿਆ ਗਾ, ਤੁਸੀਂ ਜਦੋਂ ਅੰਦਰ ਸੀਗੇ ਤੁਸੀਂ ਕਹਿੰਦੇ ਚੇਂਜ ਦੀ ਲੋੜ ਸੀਗੀ, ਤੁਸੀਂ ਕਦੇ ਗੱਲ ਕੀਤੀ ਪਾਰਟੀ 'ਚ ਕਿ ਪਾਰਟੀ ਨੂੰ ਚੇਂਜ ਦੀ ਲੋੜ ਆ? ਦੇਖੋ ਪਤਾ ਕੀ ਗੱਲ ਹੈ, ਸਭ ਤੋਂ ਪਹਿਲੀ ਗੱਲ ਕਿ ਜਿਸ ਵਕਤ ਮੈਂ ਪ੍ਰਧਾਨਗੀ ਦੇ ਉਸ 'ਤੇ ਆਇਆ ਦਿੱਲੀ ਕਮੇਟੀ ਦੇ, ਜਿਹੜੀ ਚੀਜ਼ ਅਸੀਂ ਦਿੱਲੀ ਦੇ ਵਿੱਚ ਚਾਹੀਦੀ ਸੀ ਮੈਂ ਉਹਦੇ ਉੱਤੇ ਗੱਲ ਕਰਦਾ ਰਿਹਾ। ਜਿੱਥੇ ਪੰਜਾਬ ਦਿੱਲੀ ਤੋਂ ਸਿੱਧਾ ਕਹਿਤਾ ਸੀ ਅਸੀਂ ਤੁਹਾਡੀ ਫੋਟੋ ਨਹੀਂ ਲਾਵਾਂਗੇ, ਬਿਲਕੁਲ ਤੁਹਾਡੇ ਸਾਹਮਣੇ ਲੱਗੀ ਨਹੀਂ, ਤੁਸੀਂ ਸਾਹਮਣੇ ਬਹਿ ਕੇ ਕਹੇ ਸੁਖਬੀਰ ਬਾਦਲ ਨਹੀਂ। ਦੇਖੋ ਵੈਸੇ ਸੁਖਬੀਰ ਬਾਦਲ ਸਾਹਿਬ ਕੋਲੋਂ ਇੰਨਾ ਟਾਈਮ ਹੀ ਨਹੀਂ ਸੀ, ਦਿੱਲੀ ਦੀ ਇਲੈਕਸ਼ਨਾਂ ਦੇ ਵਿੱਚ ਇੱਕ ਦਿਨ ਪਾਰਟੀ ਦਾ ਕੋਈ ਲੀਡਰ ਨਹੀਂ ਆਇਆ, ਇੱਕ ਦਿਨ ਮੈਨੂੰ 10 ਦਿਨ ਕਿਸੇ ਕਿਹੜੀ ਪਾਰਟੀ ਦੀ ਕਿਹੜੀ ਸਟੇਜ ਦੇ ਉੱਤੇ ਕਿਧਰੇ ਅਕਾਲੀ ਦਲ ਦਾ ਲੀਡਰ ਆਇਆ ਹੋਏ, ਕਿਉਂਕਿ ਲੀਡਰਾਂ ਨੂੰ ਦਿੱਲੀ ਦੀ ਸੰਗਤ ਪਸੰਦ ਹੀ ਨਹੀਂ ਕਰ ਰਹੀ। ਅਤੇ ਇਹ ਜਦ ਅਸੀਂ ਫੋਟੋਆਂ ਲਾ ਕੇ ਬਿਨਾਂ ਇਹਨਾਂ ਦੀ ਫੋਟੋਆਂ 'ਤੇ ਕਰ ਰਿਹਾ, ਇਹਨਾਂ ਤੱਕ ਸ਼ਿਕਾਇਤਾਂ ਪਹੁੰਚ ਰਹੀਆਂ ਨੇ, ਇਹਨਾਂ ਨੇ ਸਾਡੇ ਨਾਲ ਗੱਲ ਕੀਤੀ, ਅਸੀਂ ਕਿਹਾ ਸਰ ਸਾਨੂੰ ਸੰਗਤ ਅਲਾਓ ਹੀ ਨਹੀਂ ਕਰ ਰਹੀ, ਸੰਗਤ ਵੜਨ ਨਹੀਂ ਦਿੰਦੀ ਆਪਣੇ ਘਰਾਂ ਦੇ ਵਿੱਚ, ਤੁਹਾਡੀਆਂ ਫੋਟੋਆਂ ਲੱਗੀਆਂ ਹੋਣ 'ਤੇ ਇਹ ਗੱਲ ਉਹਨਾਂ 'ਤੇ। ਜੇ ਅਗਰ PTC 'ਤੇ ਉਹਨਾਂ ਦੀ ਐਡ ਚੱਲ ਰਹੀ ਹੈ, ਹੁਣ ਵੀ ਜਾ ਕੇ ਰਿਕਾਰਡ ਚੈੱਕ ਕਰ ਲਓ, ਅਤੇ ਕਿਆ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਚੱਲ ਰਹੀ ਹੈ? ਮਕਸਦ ਕੀ ਹੈ ਕਿ ਆਪਾਂ ਅੱਜ ਪੰਥ ਦੇ ਨਾਮ ਦੇ ਉੱਤੇ ਪੰਥ ਨੂੰ ਗੁੰਮਰਾਹ ਕਰਨਾ ਬੰਦ ਕਰ ਦਈਏ। ਅੱਜ ਅਸੀਂ ਸਿੱਧੀ ਸਿੱਧੀ, ਅੱਜ ਅਕਾਲੀ ਦਲ ਰਾਜਨੀਤਿਕ ਪਾਰਟੀ ਹੈ, ਉਹਦਾ ਪੰਥਕ ਏਜੰਡਾ ਨਹੀਂ ਹੈ। ਹੁਣ ਰਾਜਨੀਤੀ ਦੇ ਵਿੱਚ ਤੁਸੀਂ ਕਿਹਨੂੰ ਕੀ ਗਰਾਂਟਾਂ ਵੰਡ ਸਕਦੇ ਹੋ, ਕੀ ਕਰ ਸਕਦੇ ਹੋ, ਇਹ ਤੁਹਾਡੀ ਆਪਣੀ ਉੱਥੇ ਦੀ ਲੁੱਕਆਊਟ ਹੈ। ਮਗਰ ਮੈਂ ਜਿੱਥੇ ਤੱਕ ਦਿੱਲੀ ਨੂੰ ਰਿਪ੍ਰਜੈਂਟ ਕਰਦਾ, ਮੈਂ ਦਿੱਲੀ ਦੇ ਸਿੱਖਾਂ ਦੀ ਗੱਲ ਕਰਦਾ ਵਾਂ, ਦਿੱਲੀ ਦੇ ਮੁੱਦਿਆਂ ਦੀ ਗੱਲ ਕਰਦਾ, ਮੈਨੂੰ ਇਹ ਦੱਸੋ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਇਲਾਵਾ ਕਿਆ ਮੈਂ ਕਾਂਗਰਸ ਨੂੰ ਵੋਟ ਪਾ ਸਕਦਾ? ਮੈਂ ਕਿਸੇ ਖੜ੍ਹੇ ਹੋ ਕੇ ਕਾਂਗਰਸ ਦੇ ਆਪਣਾ ਸਟੇਜਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਸਕਦਾ ਕਿ ਇਹਨਾਂ ਕਾਤਲਾਂ ਨੂੰ, ਇਹਨਾਂ ਹਥਿਆਰਾਂ ਨੂੰ ਵੋਟ ਪਾਓ? ਮੈਨੂੰ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਮਾਫ਼ ਕਰਨਗੀਆਂ, ਤੁਸੀਂ ਦੱਸ ਦਿਓ। ਜੇ ਅਗਰ ਤੁਹਾਨੂੰ ਲੱਗਦਾ ਕਿ ਅਗਰ BJP ਦੇ ਇਲਾਵਾ ਕੋਈ ਤੀਜਾ ਵਿਕਲਪ ਦਿੱਲੀ ਦੇ ਵਿੱਚ ਹੈਗਾ, ਸਾਨੂੰ ਉਹ ਵੀ ਦੱਸ ਦਿਓ, ਅਸੀਂ ਉਹਦੇ ਨਾਲ ਖਲੋ ਜਾਂਦੇ ਹਾਂ। ਮਗਰ ਇਹ ਤਾਂ ਕਦੀ ਨਹੀਂ ਹੋ ਸਕਦਾ ਕਿ ਜਿਹੜੇ ਬੰਦਿਆਂ ਨੇ ਸਾਡੇ ਨਾਲ ਪਿਛਲੇ 34 ਸਾਲਾਂ ਤੋਂ ਜਿਨ੍ਹਾਂ ਦੀ ਲੜਾਈ ਲੜਦੇ ਆ ਰਹੇ ਹਾਂ, ਜਿਨ੍ਹਾਂ ਕਰਕੇ ਮੋਦੀ ਸਾਹਿਬ ਦੀਆਂ ਬੇਨਤੀਆਂ ਕਰਕੇ SIT ਬਣਵਾਈ, SIT ਕਰਕੇ ਅੱਜ ਸੱਜਣ ਕੁਮਾਰ ਵਰਗੇ ਨੂੰ ਅੰਦਰ ਕਰਾਇਆ, ਤੋ ਅੱਜ ਮੈਂ ਉਹਨਾਂ ਜਾ ਕੇ ਉਸ ਪਾਰਟੀ ਦੇ ਨਾਲ ਖੜ੍ਹੇ ਹੋ ਜਾਵਾਂ। ਅਰਵਿੰਦ ਕੇਜਰੀਵਾਲ ਨੇ ਕਿੰਨਾ ਵੱਡਾ ਧੋਖਾ ਦਿੱਤਾ ਦਿੱਲੀ ਦੀ ਸੰਗਤ ਨੂੰ, ਸਿੱਖ ਸੰਗਤ ਨੂੰ। ਤੁਸੀਂ ਦੇਖੋ, ਮੈਂ ਕਹਿ ਸਕਦਾ ਕਿ 2015 ਜਦ ਸਰਕਾਰ ਬਣੀ ਹੈ, 80% ਸਿੱਖਾਂ ਨੇ ਵੋਟ ਪਾਈ ਹੈ ਅਰਵਿੰਦ ਕੇਜਰੀਵਾਲ ਨੂੰ। ਸਾਡੇ NRI ਭਰਾਵਾਂ ਨੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡੀ, ਫੰਡ ਭੇਜਣ ਨੂੰ ਕਰੋੜਾਂ ਰੁਪਈਆ ਦੇ ਡਾਲਰ ਭੇਜੇ ਨੇ ਇਹਨੂੰ, ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਸਟੈਬਲਿਸ਼ ਕਰਨ ਵਾਸਤੇ। ਅੱਜ ਕੀ ਕੀਤਾ ਜੀ, ਉਹੀ ਸਿੱਖਾਂ ਦੇ ਕਾਤਲਾਂ ਦੇ ਨਾਲ ਤੁਸੀਂ ਹੱਥ ਮਿਲਾ ਲਿਆ, ਅੱਜ ਤੁਸੀਂ ਅਲਾਇੰਸ ਕਰਕੇ ਦਿੱਲੀ ਦੇ ਵਿੱਚ ਸਾਡੀ ਛਾਤੀ 'ਤੇ ਭਾਣ ਲੱਗੇ, ਉਹਨਾਂ ਬੰਦਿਆਂ ਨੂੰ ਕਿਸ ਤਰ੍ਹਾਂ ਤੁਹਾਡਾ ਸਾਥ ਦੇ ਦੇਵਾਂਗੇ? ਹੁਣ ਇਹ ਤਾਂ ਨਹੀਂ ਹੋ ਸਕਦਾ ਕਿ 2 ਸੀਟਾਂ 'ਤੇ ਜਾ ਕੇ ਮੈਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਪੋਰਟ ਕਰਾਂ, ਅਤੇ 2 ਦੇ ਉੱਤੇ ਮੈਂ ਉਹਨਾਂ ਨੂੰ ਬਾਈਕਆਊਟ ਕਰਾਂ ਕਿ ਇੱਥੇ ਨਹੀਂ ਕਰਾਂਗਾ।
ਕਰਾਂਗੇ, ਖੁੱਲ੍ਹ ਕੇ ਕਰਾਂਗੇ, ਔਰ ਉਹਨਾਂ ਲੋਕਾਂ ਲਈ ਕਰਾਂਗੇ ਜਿਨ੍ਹਾਂ ਲਈ ਸਾਡੇ ਲਈ ਸੋਚਿਆ, ਸਾਡੇ ਲਈ ਸੋਚ ਰਹੇ ਨੇ, ਔਰ ਜਿਹੜੇ ਮੁੱਦੇ ਸਾਡੇ ਅਸੀਂ ਅਗਰ ਅੱਗੋਂ ਹੱਲ ਕਰਾਉਣੇ ਨੇ ਤਾਂ ਮੇਰੇ ਖਿਆਲ ਮੋਦੀ ਸਾਹਿਬ ਦੀ ਸਰਕਾਰ ਦੇ ਨਾਲ ਅਗਰ ਸੁਖਾਵੇ ਰਿਲੇਸ਼ਨ ਹੋਣਗੇ, ਔਰ ਜਦ ਮੈਂ ਸਪੋਰਟ ਕਰਨੀ ਹੈ, ਮੈਂ ਉਹਨਾਂ ਨੂੰ ਵੋਟ ਪਾਉਣੀ ਹੈ, ਤਾਂ ਮੈਂ ਕਿਉਂ ਨਾ ਰੌਲਾ ਪਾ ਕੇ ਕਹਾਂ ਕਿ ਜੀ ਮੈਂ ਤੁਹਾਨੂੰ ਸਪੋਰਟ ਕਰ ਰਿਹਾ, ਮੇਰੀ ਕੌਮ ਨੇ ਤੁਹਾਨੂੰ ਸਪੋਰਟ ਕੀਤੀ, ਮੇਰੇ ਕੌਮ ਦੇ ਮੁੱਦੇ ਨੇ, ਤੁਸੀਂ ਹੱਲ ਕਰੋ। ਆਰਐਸਐਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਮੈਂ ਆਰਐਸਐਸ ਦਾ ਮੇਰਾ ਕੋਈ ਇੰਨਾ ਤਾਲਮੇਲ ਜਾਂ ਲਿੰਕ ਨਹੀਂ ਹੈ। ਮੈਂ ਇੱਕ ਗੁਰੂ ਘਰ ਦੇ ਨਾਲ ਜੁੜਿਆ ਬੰਦਾ, ਔਰ ਗੁਰੂ ਘਰ ਦੇ ਨਾਲ ਨਾਲ ਜਦ ਮੈਂ ਰਾਜਨੀਤੀ ਦੇ ਵਿੱਚ ਆਇਆ, ਮੇਰਾ ਸਿੱਧਾ ਬੀਜੇਪੀ ਨਾਲ ਹੈ। ਆਰਐਸਐਸ ਦਾ ਇੱਕ ਪੋਲੀਟੀਕਲ ਵਿੰਗ ਬੀਜੇਪੀ ਜ਼ਰੂਰ ਹੋ ਸਕਦਾ, ਬਟ ਮੇਰਾ ਕਦੀ ਆਰਐਸਐਸ ਦੇ ਨਾਲ ਸਿੱਧਾ ਰਾਬਤਾ ਨਹੀਂ ਹੈ। ਉਹਨਾਂ ਦੀ ਆਈਡੀਓਲੋਜੀਜ਼ ਬਾਰੇ, ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਰੇ, ਨਾ ਮੈਂ ਕਦੀ ਉਹਨਾਂ ਦੀ ਕੋਈ ਮੀਟਿੰਗ ਅਟੈਂਡ ਕੀਤੀ, ਨਾ ਕਿਸੇ ਉਹਨਾਂ ਦੇ ਵੱਡੇ ਪ੍ਰਬੰਧਕਾਂ ਨਾਲ ਮੇਰਾ ਕੋਈ ਇਹੋ ਜਿਹਾ ਚਾਹ ਪਾਣੀ ਪੀਂਦਾ। ਹਾਂ, ਮਹੱਲੇ ਸਮਾਜ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ, ਸਾਨੂੰ ਪਤਾ ਹੈ ਆਰਐਸਐਸ ਦੇ ਆਈਡੀਓਲੋਜੀ ਦੀ ਨੇ, ਇਹ ਵਿਸ਼ਵ ਹਿੰਦੂ ਪਰਿਸ਼ਦ ਨਾਲ ਰਿਲੇਟਡ ਨੇ, ਇਹ ਅਕਾਲੀ ਦਲ ਦੀ ਸੋਚ ਰੱਖਣ ਵਾਲਾ ਬੰਦਾ, ਇਹ ਕਾਂਗਰਸ ਪ੍ਰਵਰਤੀ ਦੇ, ਅਤੇ ਉਹ ਸਮਾਜਿਕ ਤੌਰ 'ਤੇ ਅਸੀਂ ਕਿਸੇ ਨਾਲ ਉੱਠ ਬੈਠ ਲਈਏ, ਮਗਰ ਆਈਡੀਓਲੋਜੀ ਵਾਈਜ਼ ਮੇਰੀ ਉਹਨਾਂ ਦੇ ਨਾਲ ਕੋਈ ਇਹੋ ਜਿਹੀ ਸਾਂਝ ਅੱਜ ਤੱਕ ਹੋਈ। ਕਿਉਂਕਿ ਸਰਨਾ ਨੂੰ ਜਦੋਂ ਕਾਂਗਰਸ ਬਾਰੇ ਸਵਾਲ ਹੁੰਦਾ ਤਾਂ ਸਰਨਾ ਇਹ ਗੱਲ ਕਹਿੰਦੇ ਵੀ ਰਹੇ ਆ ਵੀ ਕਾਂਗਰਸ ਨੇ ਤਾਂ ਸਿੱਖ ਖਤਮ ਕੀਤੇ ਹੋਣਗੇ, ਕਾਂਗਰਸ ਨੇ ਸਿੱਖ ਖਤਮ ਕੀਤੇ, ਉਹਦਾ ਬਦਲਾ ਵੀ ਸਿੱਖਾਂ ਨੇ ਲੈ ਲਿਆ, ਆਰਐਸਐਸ ਬੀਜੇਪੀ ਸਿੱਖ ਹੀ ਖਤਮ ਕਰਨਾ ਚਾਹੁੰਦੀ ਹੈ। ਦੇਖੋ, ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਦੂਜੇ ਨੂੰ ਗਲਤ ਕਹਿਣਾ, ਮੈਂ ਇਹ ਗੱਲ ਨੂੰ ਠੀਕ ਨਹੀਂ ਸਮਝਦਾ। ਮੈਨੂੰ ਇੱਕ ਗੱਲ ਦੱਸੋ, ਹੁਣ ਮੈਂ ਕਿਸੇ ਦਾ ਸਪੋਕਸਪਰਸਨ ਬਣ ਕੇ ਗੱਲ ਤਾਂ ਨਹੀਂ ਕਰਨੀ ਇੱਥੇ, ਮਗਰ ਮੈਨੂੰ ਸਰਨਾ ਸਾਹਿਬ ਇੱਕ ਗੱਲ ਦੱਸਣ ਕਿ ਆਰਐਸਐਸ ਦੀ ਇਹ ਆਈਡੀਓਲੋਜੀ ਕਿਹੜੀ ਜਗ੍ਹਾ 'ਤੇ ਗਲਤ ਹੈਗੀ। ਅਗਰ ਇਹ ਗਲਤ ਹੈਗੀ ਹੈ ਤਾਂ ਉਹਨੂੰ ਜੱਗ ਜ਼ਾਹਿਰ ਕਰੋ। ਤੁਸੀਂ ਮਤਲਬ ਆਪ ਹੈਂਡ ਇਨ ਦੀ ਗਲਵਜ਼ ਰਹੋ ਕਿਸੇ ਲੋਕਾਂ ਨਾਲ, ਔਰ ਜਿਸ ਵਕਤ ਲੋਕ ਦੂਜੇ ਪਾਸੇ ਚੱਲਣ ਤਾਂ ਤੁਹਾਨੂੰ ਪ੍ਰੋਬਲਮ ਹੋ ਜਾਏ। ਸੋ ਮੈਂ ਹੈਂਡ ਇਨ ਗਲਵ ਕਿਵੇਂ? ਦੇਖੋ, ਕਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ, ਹੁਣ ਮੈਂ ਸੱਜਣ ਕੁਮਾਰ ਦੀ ਗੱਲ ਕੀਤੀ ਹੈ, ਸੱਜਣ ਕੁਮਾਰ ਨੂੰ ਸਟੇਜਾਂ 'ਤੇ ਬੁਲਾ ਕੇ ਜਦ ਤੁਸੀਂ ਸਰੋਪੇ ਪਾਉਂਦੇ ਰਹੇ ਹੋ ਤਾਂ ਕਾਂਗਰਸ ਦੇ ਨਾਲ ਤੁਸੀਂ ਹੈਂਡ ਇਨ ਗਲਵ ਨਹੀਂ ਸੀ? ਮੈਨੂੰ ਇੱਕ ਗੱਲ ਦੱਸੋ, ਟੈਟਲਰ ਜਗਦੀਸ਼ ਟੈਟਲਰ ਨੂੰ ਤੁਹਾਡੀ ਪਾਰਟੀ ਦੇ ਬੰਦੇ ਸਟੇਜਾਂ 'ਤੇ ਬੁਲਾ ਕੇ ਉੱਥੇ ਸਰੋਪੇ ਪਾ ਰਹੇ ਨੇ ਤਾਂ ਤੁਸੀਂ ਹੈਂਡ ਇਨ ਗਲਵ ਨਹੀਂ ਸੀ ਕਾਂਗਰਸ ਦੇ ਨਾਲ? ਜਿਸ ਵਕਤ ਤੁਸੀਂ 84 ਦੇ ਵਿਕਟਿਮਸ ਦੀ ਕਲੋਨੀ ਦੇ ਵਿੱਚ ਜਾਂਦੇ ਹੋ ਅਤੇ ਤੁਸੀਂ ਉੱਥੇ ਸਰਨਾ ਸਾਹਿਬ ਦੀ ਫੋਟੋ ਹੈ ਸੱਜਣ ਕੁਮਾਰ ਨਾਲ? ਸੱਜਣ ਕੁਮਾਰ ਨਾਲ ਇੱਕ ਨਹੀਂ ਨੇ, ਕਈ ਨੇ, ਕਈ ਜਗ੍ਹਾਵਾਂ 'ਤੇ ਹੈਗੀਆਂ ਨੇ ਫੋਟੋਆਂ, ਵਾ ਕਈ ਜਗ੍ਹਾ 'ਤੇ ਇਹਨਾਂ ਦੀਆਂ ਸਟੇਜਾਂ 'ਤੇ ਦਿਖਾ ਸਕਦੇ ਹਾਂ ਅਸੀਂ ਰਕਾਬਗੰਜ ਸਾਹਿਬ। ਸਰਨਾ ਸਾਹਿਬ ਕੋਲੋਂ ਤਾਂ ਇੱਕ ਲਫ਼ਜ਼ ਨਹੀਂ ਹੈ ਦੱਸ। ਦੇਖੋ, ਮਰਿਆਦਾ ਨੂੰ ਇਹਨਾਂ ਨੇ ਛਿੱਕੇ ਟੰਗ ਤਾ, ਗੁਰੂ ਘਰਾਂ ਨੂੰ ਇਹਨਾਂ ਨੇ ਛਿੱਕੇ ਟੰਗ ਤਾ, ਇੰਸਟੀਟਿਊਸ਼ਨ ਸਾਡੇ ਬਰਬਾਦ ਕਰਕੇ ਗਏ ਨੇ। ਸਰਨਾ ਸਾਹਿਬ, ਮੈਨੂੰ ਇਹ ਗੱਲ ਦੱਸੋ ਕਿ ਕਦੀ ਅੱਜ ਤੱਕ ਸੁਣਿਆ ਤੁਸੀਂ ਕਿ ਰਕਾਬਗੰਜ ਸਾਹਿਬ ਦਾ ਗੁਰਦੁਆਰਾ ਹੋਵੇ? ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਇਹਨਾਂ ਦਾ ਹੁਣ ਉੱਪਰ ਮਹਾਰਾਜ ਦੇ ਚਰਨਾਂ ਚਲੇ ਗਏ ਨੇ, ਉਹ ਨਾਲ ਬੈਠਾ ਹੋਵੇ, ਉੱਥੇ ਲਾਵਾਂ ਫੇਰੇ ਨੇ ਜਿਹੜੇ ਉਲਟੇ ਪੜੇ ਜਾਂਦੇ ਹੁਣ, ਇਹ ਪ੍ਰਥਾ ਇੱਥੇ ਸ਼ੁਰੂ ਕਰਾਤੀ? ਅਕਾਲ ਤਖ਼ਤ ਸਾਹਿਬ ਨੂੰ ਹਰ ਵਕਤ ਚੈਲੰਜ ਕਰਦੇ ਸੀ, ਦੋ ਦੋ ਸੰਗਰਾਂ ਦਾ ਦਿੱਲੀ ਦੇ ਵਿੱਚ ਦੋ ਦੋ ਗੁਰਪੁਰਬ ਮਨਾਏ ਸਰਨਾ ਸਾਹਿਬ ਨੇ, ਕਿਹੜੀ ਚੀਜ਼ ਦੇ ਉੱਤੇ ਇਹਨਾਂ ਨੇ ਜਿਹੜਾ ਸਿੱਖੀ ਦਾ ਘਾਣ ਨਹੀਂ ਕੀਤਾ? ਅੱਜ ਆਪਸ ਵਿੱਚ ਇਹਨਾਂ ਦਾ ਤਾਲਮੇਲ ਕਿਉਂ ਬਣਿਆ? ਕਿਉਂਕਿ ਸਿੱਖੀ ਦੀ ਘਾਣ ਕਰਨ ਵਾਲੇ ਇਹ ਵੀ ਅਤੇ ਉਹ ਵੀ ਸਿੱਖੀ ਦਾ ਘਾਣ ਵਾਲੇ, ਅੱਜ ਦੋਨਾਂ ਦੇ ਕੋਲੋਂ ਕੋਈ ਹੈ ਨਹੀਂ ਕਿਉਂਕਿ ਸੰਗਤ ਨੇ ਨਕਾਰਤਾ ਅਤੇ ਦੋਵਾਂ ਨੇ ਇੱਕ ਦੂਜੇ ਨਾਲ ਸਾਂਝ ਪਾ ਲਈ। ਤੁਸੀਂ ਆਪ ਦੱਸੋ, ਤੁਸੀਂ ਵੀ ਕੋਈ ਇੰਟਰਵਿਊ ਲਈਆਂ ਹੋਣਗੀਆਂ, ਕਈ ਸੈਂਕੜੋ ਇੰਟਰਵਿਊ ਉਹਨਾਂ ਦੀ ਸੁਣੀਆਂ ਹੋਣਗੀਆਂ, 25 ਸਾਲਾਂ ਦੇ ਵਿੱਚ ਕੋਈ ਕਸਰ ਛੱਡੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ, ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਬਾਦਲ ਪਰਿਵਾਰ ਨੂੰ ਭੰਡਣ ਦੀ, ਅਕਾਲੀ ਦਲ ਨੂੰ ਭੰਡਣ ਦੀ? ਅੱਜ ਸਮਝੌਤਾ ਕਰਕੇ ਉਹਨਾਂ ਦੀ, ਕਿਉਂਕਿ ਉਹਨਾਂ ਦੀ ਪ੍ਰਧਾਨਗੀ ਮਿਲਣ ਨਾਲ ਸੋਚ ਰਹੇ ਨੇ ਕਿ ਮੈਨੂੰ ਅੱਗੇ ਆਉਣ ਵਾਲੇ ਸਮੇਂ 'ਚ ਵੋਟ ਬੈਂਕ ਮੇਰਾ ਵੱਧ ਜਾਏਗਾ, ਹੋਰ ਇਹਨਾਂ ਦਾ ਕੋਈ ਏਜੰਡਾ ਨਹੀਂ ਹੈ। ਮੈਨੂੰ ਇੱਕ ਗੱਲ ਦੱਸੋ ਕਿ ਪਰਮਜੀਤ ਸਿੰਘ ਸਰਨਾ ਕਿਸ ਸਮਝੌਤੇ ਦੇ ਨਾਲ ਉਹਨਾਂ ਨੂੰ ਜੁਆਇਨ ਕੀਤਾ? ਪਿਛਲੀ ਇਲੈਕਸ਼ਨ 2021 ਦੀ ਇਸ ਮੁੱਦੇ ਦੇ ਉੱਤੇ ਲੜੇ ਨੇ ਕਿ 328 ਸਰੂਪ ਮਹਾਰਾਜ ਦੇ ਸ਼੍ਰੋਮਣੀ ਕਮੇਟੀ ਤੋਂ ਉੱਥੇ ਚੋਰੀ ਹੋ ਗਏ, ਇਸ ਮੁੱਦੇ 'ਤੇ ਲੜੇ ਨੇ ਕਿ ਵਰਗਾਲੀ ਦਾ ਕਾਂਡ ਹੋਇਆ ਉੱਥੇ, ਬੇਬਗਲੀ ਵਰਗਾਲੀ ਮਹਾਰਾਜ ਦੇ ਸਰੂਪਾਂ ਦਾ ਕਾਂਡ ਹੋਇਆ ਡੇਰਾ ਮਾਫੀ ਦੇ ਉੱਤੇ, ਕਿਆ ਸਾਰੀ ਗੱਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇ ਤਾ ਸਰਨਾ ਸਾਹਿਬ ਨੂੰ, ਜਾਂ ਜੋ ਉਹਨਾਂ ਨਾਲ ਸਾਂਝ ਪਾ ਲਈ ਹੈ?
ਸੋ ਇਹ ਪਰ ਜਦੋਂ ਤੁਸੀਂ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਆਇਆ ਸੀਗਾ ਕਿ ਇਹ ਸਿੱਖਾਂ ਦੇ ਇੰਟਰਨਲ ਮਸਲਿਆਂ ਸਿੱਧਾ ਦਖਲ ਹੈ, ਬੀਜੇਪੀ ਸਿੱਖਾਂ ਦੇ ਮਸਲਿਆਂ 'ਚ ਦਖਲ ਥਰੂ ਕਾਲਕਾ ਥਰੂ ਸਿਰਸਾ ਦੇ ਰਹੀ ਹੈ। ਨਹੀਂ, ਤੁਸੀਂ ਮੈਨੂੰ ਦੱਸੋ, ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰ ਰਿਹਾ, ਸਾਡੀ ਕਮੇਟੀ ਹੈ, ਪਿਛਲੇ 2.25 ਸਾਲ ਤੋਂ ਅਸੀਂ ਬੈਠੇ ਹਾਂ। ਮੈਨੂੰ ਇੱਕ ਗੱਲ ਦੱਸੋ ਕਿ ਜਿੱਥੇ ਸਿੱਧੇ ਤੌਰ ਦੇ ਉੱਤੇ ਬੀਜੇਪੀ ਨੇ ਜਾਂ ਅਸਿੱਧੇ ਤੌਰ ਦੇ ਉੱਤੇ ਬੀਜੇਪੀ ਨੇ ਸਾਨੂੰ ਕਿਹਾ ਹੋਇਆ ਕਿ ਤੁਸੀਂ ਇਹ ਕੰਮ ਨਹੀਂ ਕਰਨਾ, ਇਹ ਕੰਮ ਕਰਨਾ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਹੇ ਜੀ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣਾ ਜਿਹੜਾ ਜਨਮ ਦਿਹਾੜਾ ਸ਼ਤਾਬਦੀ ਹੈ ਉਹਨਾਂ ਦਾ ਮੈਂ ਮਨਾਉਣਾ ਚਾਹੁੰਦਾ ਔਰ ਉਸ ਥਾਂ 'ਤੇ ਮਨਾਉਣਾ ਚਾਹੁੰਦਾ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਹੋਇਆ ਸੀ, ਅਤੇ ਜੇ ਉਹਨਾਂ ਨੂੰ ਸਾਨੂੰ ਉਹਦੇ ਵਿੱਚ ਨਾਲ ਲੈਂਦੇ ਨੇ ਕਿ ਉੱਥੇ ਦੀ ਮਰਿਆਦਾ ਦਾ ਗੁਰੂ ਘਰ ਦਾ ਸਿਸਟਮ ਨੂੰ ਪ੍ਰੋਪਰ ਤਰੀਕੇ ਚਲਾਉਣਾ, ਅਤੇ ਇਹਦੇ ਵਿੱਚ ਕਿਹੜੀ ਉਹਨਾਂ ਦੀ ਇੰਟਰਫੇਰੈਂਸ ਹੋ ਗਈ? ਤੁਹਾਡੀ ਸਿੱਖਾਂ ਦੀ ਸ਼ਾਨ ਵਧੀ ਕਿ ਨਹੀਂ ਵਧੀ? ਦੇਸ਼ ਦੇ ਵਿੱਚ ਪਹਿਲੀ ਵਾਰ 75 ਸਾਲ ਦੇ ਵਿੱਚ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ 2 ਵਾਰ 1 ਸਾਲ ਦੇ ਵਿੱਚ ਲਾਲ ਕਿਲੇ 'ਤੇ ਆਇਆ ਹੋਏ, 1 ਵਾਰ 15 ਅਗਸਤ ਨੂੰ ਝੰਡਾ ਚਲਾਉਣ ਜਾਂਦੇ ਆ, ਅਤੇ ਦੂਸਰੀ ਵਾਰ ਕੇਸ ਉਹੀ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਬੀਜੇਪੀ ਦੀ ਸਟੇਜ ਬਣਾ ਤਾ ਹਰ ਸਿੱਖ ਸਮਾਗਮ। ਕੋਈ ਸਟੇਜ ਹੀ ਉਹਨਾਂ ਦੀ ਸੀ? ਪ੍ਰਧਾਨ ਮੰਤਰੀ ਦੀ ਸਟੇਜ ਹੈ, ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ, ਇਹਦੇ ਵਿੱਚ ਅਸੀਂ ਕੀ ਬਣਾਇਆ? ਤੁਸੀਂ ਇਨਵਾਈਟਡ ਸੀ? ਅਸੀਂ ਇਨਵਾਈਟਡ ਸੀ, ਅਸੀਂ ਉਹਨਾਂ ਦੇ ਕੋ ਪਾਰਟਨਰ ਸੀ, ਉਹਨੂੰ ਚਲਾਉਣ ਵਾਸਤੇ, ਸੰਚਾਲਨ ਕਰਨ ਵਾਸਤੇ, ਸੰਗਤ ਨੂੰ ਲਿਆਉਣ ਵਾਸਤੇ। ਅਸੀਂ ਇਸ ਚੀਜ਼ ਤੋਂ ਤਾਂ ਨਹੀਂ ਪਿੱਛੇ ਹਟ ਸਕਦੇ, ਮਗਰ ਇਹ ਕਹੋ ਜੀ ਕਿ ਪ੍ਰੋਗਰਾਮ ਸਾਡਾ ਸੀ, ਪ੍ਰੋਗਰਾਮ ਸਾਡਾ ਨਹੀਂ ਸੀ, ਪ੍ਰੋਗਰਾਮ ਪ੍ਰਧਾਨ ਮੰਤਰੀ ਦਾ, ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੈ, ਉਹਨਾਂ ਨੇ 2 ਦਿਨ ਦਾ ਪ੍ਰੋਗਰਾਮ ਬਣਾਇਆ ਜਿੱਥੇ ਉਹਨਾਂ ਨੇ ਕੋਈ ਗੱਲ, ਕਿਉਂਕਿ ਉਹਨਾਂ ਦਾ ਸਿਸਟਮ ਦੇ ਵਿੱਚ ਗੁਰੂ ਘਰ ਦੀ ਮਰਿਆਦਾਵਾਂ ਨਹੀਂ ਹੈਗੀਆਂ, ਉਹ ਆਪਣੇ ਸੰਵਿਧਾਨ ਦੇ ਹਿਸਾਬ ਨਾਲ ਦੇਸ਼ ਚਲਾ ਰਹੇ ਨੇ, ਗੁਰੂ ਘਰ ਦੀਆਂ ਜਾਂ ਸਿੱਖ ਪੰਥ ਦੀਆਂ ਮਰਿਆਦਾ ਦੇ ਹਿਸਾਬ ਨਾਲ ਨਹੀਂ ਚਲਾ ਰਹੇ। ਉਹ ਮਰਿਆਦਾ ਚਲਾਉਣ ਵਾਸਤੇ ਉਹਨਾਂ ਨੇ ਸਾਨੂੰ ਨਾਲ ਲਿਆ, ਉਹਨਾਂ ਨੇ ਤਾਂ SGPC ਦੇ ਪ੍ਰਧਾਨ ਨੂੰ ਵੀ ਇਨਵਾਈਟ ਕੀਤਾ ਸੀ, ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇਨਵਾਈਟ ਕੀਤਾ ਸੀ, ਕਿਉਂ ਨਹੀਂ ਆਏ? ਜੇ ਆਉਂਦਾ ਤਾਂ ਇਹਨਾਂ ਦਾ ਕੱਦ ਵੱਧਦਾ ਜਾਂ ਘੱਟਦਾ? ਮੈਨੂੰ ਇਹ ਦੱਸੋ ਬਈ, ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਗੁਰੂ ਦੀ ਗੱਲ ਕਰ ਰਿਹਾ ਹੋਏ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨੂੰ ਬਾਈਕਆਊਟ ਕਰਨ ਦੀ ਗੱਲ ਕਰਨ, ਇਹ ਕਿੱਥੇ ਦੀ ਮੈਂ ਸਮਝਦਾ ਸਿਆਣਪ ਹੈ? ਤੁਸੀਂ ਰਾਮ ਮੰਦਿਰ ਦੀ ਸੈਰਾਮਨੀ 'ਚ ਗਏ ਸੀ? ਨਹੀਂ, ਬਿਲਕੁਲ ਨਹੀਂ ਗਿਆ ਰਾਮ ਮੰਦਿਰ ਦੇ ਨਾਲ। ਨਹੀਂ ਗਏ? ਨਹੀਂ, ਰਾਮ ਮੰਦਿਰ ਦੇ ਨਾਲ ਮੇਰਾ ਕੋਈ ਗਰੇਜ ਨਹੀਂ ਹੈ, ਮਗਰ ਜਿੱਥੇ ਉਹਨਾਂ ਦੀ ਮੂਰਤੀ ਆਚਰਣ ਹੋਣਾ ਮੈਂ ਮੂਰਤੀ ਪੂਜਾ 'ਚ ਜਾਂਦਾ ਨਹੀਂ। ਮੈਨੂੰ ਅੱਜ ਕੋਈ ਕਹੇ ਕਿ ਚੱਲ ਮੇਰੇ ਦੋਸਤ ਯਾਰ ਕਹਿਣ ਜਾਂ ਮੇਰਾ ਪਰਿਵਾਰ ਕਹੇ ਕਿ ਅਯੋਧਿਆ ਜਾ ਕੇ ਮੰਦਿਰ ਮੱਥਾ ਟੇਕਣਾ, ਮੈਂ ਚਲੇ ਜਾਵਾਂਗਾ। ਜੇ ਮੰਦਿਰ ਵਾਲੇ ਬੰਦੇ ਅੱਜ ਤੁਸੀਂ ਬੰਗਲਾ ਸਾਹਿਬ ਜਾ ਕੇ, ਉਦੋਂ ਤਾਂ ਮੂਰਤੀ ਉਦੋਂ ਤਾਂ ਸਮਾਗਮ ਸੀਗਾ, ਇੱਕ ਬਾਹਰ ਤਾਂ ਬੈਠਾ, ਤੁਸੀਂ ਕਿਉਂ ਨਹੀਂ ਗਏ? ਮੈਂ ਦੇਖੋ ਪਹਿਲੀ ਗੱਲ, ਤੁਹਾਨੂੰ ਇਨਵਾਈਟ ਆਇਆ ਸੀ? ਦੇਖੋ ਸਾਨੂੰ ਇਨਵਾਈਟ ਆਣਾ ਹੀ ਨਹੀਂ, ਕਿਉਂਕਿ ਉਹਨੂੰ ਸਾਡੀ ਆਈਡੀਓਲੋਜੀ ਪਤਾ ਨਹੀਂ। ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨਵਾਈਟ ਸੀ? ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮੁਕਾਬਲਾ ਦਿੱਲੀ ਦਾ ਪ੍ਰਧਾਨ ਕਿੱਥੋਂ ਕਰ ਸਕਦਾ ਜੀ? ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੌਮ ਨੂੰ ਰਿਪ੍ਰੈਜ਼ੈਂਟ ਕਰ ਰਿਹਾ, ਮੈਂ ਇਹੀ ਕਹਿ ਰਿਹਾ ਕੌਮ ਨੂੰ। ਦੇਖੋ ਇਹ ਉਹਨਾਂ ਦੀ ਸੋਚ ਹੈ, ਮੈਂ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਤਾਂ ਮੈਂ ਕੁਝ ਬੋਲ ਨਹੀਂ ਸਕਦਾ, ਇਹ ਉਹਨਾਂ ਦੀ ਸੋਚ ਹੈ। ਮਗਰ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਉਹਨਾਂ ਨੂੰ ਪਤਾ ਹੈ ਕਿ ਬੁਲਾ ਕੇ ਅਗਰ ਪ੍ਰਧਾਨ ਨਹੀਂ ਆਉਂਦਾ ਤਾਂ ਸਾਡੀ ਆਪਣੀ ਹੇਟੀ ਹੋਏਗੀ। ਇਸ ਕਰਕੇ ਜਿੱਥੇ ਮੂਰਤੀ ਪੂਜਾ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਮੂਰਤੀ ਦਾ ਜਿਹੜਾ ਉਹਨਾਂ ਨੇ ਲਫ਼ਜ਼ ਮੈਨੂੰ ਪੂਰਾ ਨਹੀਂ ਪਤਾ, ਖੈਰ ਨਹੀਂ ਉਹ ਮੂਰਤੀ ਪੂਜਾ ਦੀ ਗੱਲ ਸੀ, ਅਤੇ ਉੱਥੇ ਸਾਡਾ ਜਾਣਾ ਨਹੀਂ ਬਣਦਾ। ਹਾਂ, ਮੂਰਤੀ ਦਾ ਵਿਸ ਉਹ ਹੋਣਾ ਸੀ, ਯਾਨੀ ਮੂਰਤੀ ਪ੍ਰਾਣ ਪ੍ਰਤਿਸ਼ਠਾ, ਪ੍ਰਾਣ ਪ੍ਰਤਿਸ਼ਠਾ, ਅਤੇ ਹੁਣ ਇਸ ਆਪਣੇ ਸ਼ਬਦ ਅੜ ਜਾਂਦਾ, ਆਪਾਂ ਨਹੀਂ ਹੋਣੀ ਨੌਲੇਜ ਹੈਗੀ, ਅਤੇ ਆਪਣੇ ਸਿਸਟਮ 'ਚ ਨਹੀਂ ਹੈ ਨਾ, ਸੋ ਇਸ ਕਰਕੇ ਉੱਥੇ ਮੇਰਾ ਜਾਣਾ ਨਹੀਂ ਬਣਦਾ। ਹਾਂ, ਮੈਂ ਕਿਸੇ ਮੰਦਿਰ 'ਚ ਜਾ ਰਿਹਾ ਸਤਿਕਾਰ ਵਜੋਂ, ਅਤੇ ਮੈਨੂੰ ਕੀ ਦਿੱਕਤ ਹੈ ਜੀ ਕਿ ਮੰਦਿਰ ਵਾਲੇ ਸਾਡੇ ਗੁਰਦੁਆਰੇ 'ਚ ਨਹੀਂ ਆਉਂਦੇ? ਅੱਜ ਬੰਗਲਾ ਸਾਹਿਬ, ਸੀਸਗੰਜ ਸਾਹਿਬ ਤੁਸੀਂ ਜਾ ਕੇ ਮੱਥਾ ਟੇਕਣ ਜਾਓ, ਤੁਸੀਂ ਦੇਖੋ ਕਿ 70% ਦੇ ਉੱਤੇ ਤਾਂ ਨੌਨ ਸਿੱਖਾਂ ਦੇ ਉਹਨਾਂ ਦੀ ਸ਼ਰਧਾ ਹੈਗੀ ਹੈ ਗੁਰੂ ਪ੍ਰਤੀ, ਅਤੇ ਜੇ ਅਸੀਂ ਉਹਨਾਂ ਦੇ ਗੁਰੂਆਂ ਦੇ ਪ੍ਰਤੀ ਅਗਰ ਚਲੇ ਗਏ ਹਾਂ, ਕਿਆ ਅਸੀਂ ਆਪਣਾ ਧਰਮ ਚੇਂਜ ਕਰ ਲਾਂਗੇ? ਅਸੀਂ ਮੈਂ ਗਿਆ ਨਹੀਂ ਆ, ਫਿਰ ਵੀ ਮੈਨੂੰ ਜਾਣ 'ਚ ਵੀ ਕੋਈ ਗੁਰੇਜ਼ ਨਹੀਂ ਹੈ। ਹਾਂ, ਜਿਹੜਾ ਪ੍ਰੋਗਰਾਮ ਤੁਸੀਂ ਕਹਿ ਰਹੇ ਹੋ ਉੱਥੇ, ਕਿਉਂਕਿ ਉਹਨਾਂ ਦੇ ਮੰਤਰ ਉਚਾਰਨ ਹੋਣੇ ਸੀ ਉਹਨਾਂ ਦਾ, ਅਤੇ ਉਹਦੇ ਵਿੱਚ ਸਾਡਾ ਜਾਣਾ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਸਿਸਟਮ ਤੋਂ ਬਾਹਰ ਸੀ। ਇਹ ਜਿਹੜਾ ਹੁਣ ਫਤਿਹ ਮਾਰਚ ਆ, ਫਤਿਹ ਮਾਰਚ ਬਾਰੇ ਵੀ ਹਰ ਵਾਰ ਰੌਲਾ ਪੈਂਦਾ ਹੈਗਾ, ਹੈ ਨਾ, ਤੁਹਾਨੂੰ ਟਾਰਗੇਟ ਨਿਸ਼ਾਨੇ 'ਤੇ ਲੈਂਦੇ ਹੈਗੇ। ਇਸ ਵਾਰ ਕਿਸ ਤਰ੍ਹਾਂ ਦਾ ਸਮਾਗਮ ਆ ਗਿਆ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਾਂ ਯਾਦ ਕਰਦੇ ਹਾਂ? ਦਿੱਲੀ ਤਾਂ ਬਹੁਤ ਹੀ ਇਤਿਹਾਸਿਕ ਧਰਤੀ ਹੈਗੀ। ਦੇਖੋ,
ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਹੈ। ਉਹ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਕੋਈ ਐਸਾ ਹੋਰ ਧਰਮ ਨਹੀਂ ਹੈ ਜਿਹਦੇ ਕੋਲੋਂ ਇੰਨੇ ਸ਼ਹੀਦਾਂ ਦਾ ਇਤਿਹਾਸ ਹੋਵੇ, ਇੰਨੇ ਯੋਧਿਆਂ ਦਾ ਇਤਿਹਾਸ ਹੋਵੇ, ਇੰਨੇ ਸਾਹਿਬਜ਼ਾਦੇ ਵਰਗੇ ਛੋਟੇ ਬਾਲ ਅਵਸਥਾ ਦੇ ਜਿਹੜੇ ਕੀ ਕਹਿੰਦੇ ਸਾਡੇ ਸਾਹਿਬਜ਼ਾਦੇ ਰਹੇ ਹੈ ਉਹਨਾਂ ਦੀ ਕੁਰਬਾਨੀਆਂ ਦਾ ਇਤਿਹਾਸ ਹੋਵੇ, ਕਿਸੇ ਕੌਮ ਕੋਲ ਨਹੀਂ ਹੈ। ਮਗਰ ਸਾਡਾ ਇੱਕ ਪ੍ਰੋਬਲਮ ਰਹੀ ਹੈ ਸਾਡੀ ਜਨਰੇਸ਼ਨਸ ਦੀ ਪਿਛਲੇ ਇੰਨੇ ਸਾਲਾਂ ਤੋਂ, ਮੈਂ ਤਾਂ ਕਹਾਂਗਾ 300 ਸਾਲ ਤੋਂ, ਕਿ ਅਸੀਂ ਆਪਣੇ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਨਹੀਂ ਭੇਜਿਆ। ਜੇ ਸਾਡੇ ਬੱਚਿਆਂ ਤੱਕ ਇਤਿਹਾਸ ਗਿਆ ਹੁੰਦਾ, ਸਾਡੇ ਬੱਚੇ ਅੱਜ ਸਿੱਖੀ ਤੋਂ ਮੁਨਕਰ ਨਹੀਂ ਹੁੰਦੇ, ਬੱਚੇ ਸਾਡੇ ਸਿੱਖੀ ਨਾਲ ਜੁੜੇ ਹੁੰਦੇ ਔਰ ਉਹਦੀ ਉਨੀ ਕਦਰ ਕਰ ਰਹੇ ਹੁੰਦੇ ਕਿ ਜੇ ਕਿ ਸ਼ਾਇਦ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਜਿਹੜੇ ਸਿੱਖ ਕਰਦੇ ਸੀ। ਸੋ ਇਹਦਾ ਵਿੱਚ ਅਸੀਂ ਜਦ ਤੋਂ ਆਏ ਹਾਂ, ਅਸੀਂ ਇਹ ਰੱਖਿਆ ਕਿ ਅਸੀਂ ਦਿੱਲੀ ਦੇ ਵਿੱਚ ਆਪਣੇ ਇਤਿਹਾਸ ਨੂੰ ਉਜਾਗਰ ਕਰੀਏ। ਸਮੇਂ ਸਮੇਂ ਸਿਰ ਵੱਖਰੇ ਵੱਖਰੇ ਕਰਦੇ ਰਹਿੰਦੇ ਹਾਂ, ਜਿਹੜੇ ਪ੍ਰੋਗਰਾਮ ਵੀ ਆਉਂਦੇ ਨੇ, ਜਿਨ੍ਹਾਂ ਦੀਆਂ ਸ਼ਤਾਬਦੀਆਂ ਵੀ ਆਉਂਦੀਆਂ। ਜਿਹੜਾ ਲਾਲ ਕਿਲ੍ਹੇ ਦਾ ਇਤਿਹਾਸ ਹੈ ਦਿੱਲੀ ਨੂੰ ਫਤਿਹ ਕਰਨ ਦਾ, ਇਹ ਸਭ ਤੋਂ ਗੌਰਵਮਈ ਇਤਿਹਾਸ ਹੈ ਔਰ ਉਹਦਾ ਕੰਸਰਨ ਖਾਲੀ ਦਿੱਲੀ ਲਾਲ ਕਿਲ੍ਹੇ ਤੱਕ ਨਹੀਂ ਹੈ। ਲਾਲ ਕਿਲ੍ਹੇ ਤੋਂ ਬਾਅਦ ਉਹ ਗੁਰਧਾਮਾਂ ਦੇ ਜਿਹੜੀਆਂ ਉਸਾਰੀਆਂ ਕਰਕੇ ਉਸ ਲਾਲ ਕਿਲ੍ਹੇ ਨੂੰ ਛੱਡਤਾ ਗਿਆ ਕਿ ਸਾਡੇ ਵਾਸਤੇ ਲਾਲ ਕਿਲ੍ਹੇ ਜਾਂ ਦਿੱਲੀ ਕੋਈ ਮਾਇਨਾ ਨਹੀਂ ਰੱਖਦਾ। ਬੰਗਲਾ ਸਾਹਿਬ ਹੋ ਗਿਆ, ਰਕਾਬਗੰਜ ਸਾਹਿਬ ਹੋ ਗਿਆ, ਅਸੀਸਗੰਜ ਸਾਹਿਬ, ਇਹੋ ਜਿਹੜੇ 7 ਗੁਰਦੁਆਰਿਆਂ ਦਾ ਉਹਨਾਂ ਨੇ ਨਿਸ਼ਾਨਦੇਹੀਆਂ ਕੀਤੀਆਂ ਔਰ ਉਸ ਤੋਂ ਬਾਅਦ ਜਿਹੜੇ ਗੁਰਦੁਆਰੇ ਸਾਹਿਬ ਹੋਏ ਨੇ, ਜਿਹਨੇ ਬਘੇਲ ਸਿੰਘ ਬਾਬਾ ਬਘੇਲ ਸਿੰਘ, ਜੱਸਾ ਸਿੰਘ ਜੀ ਆਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਮਾਂ ਸਿੰਘ ਜੀ ਸ਼ੁਕਰ ਚੱਕਿਆ ਕੇਬਾ ਜੀ ਔਰ ਸ਼ੁਕਰ ਚੱਕਿਆ ਜੀ, ਅਤੇ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਨੂੰ ਫਤਿਹ ਕੀਤਾ, ਉਹਨਾਂ ਨੇ ਦੱਸਿਆ ਦੁਨੀਆ ਨੂੰ ਮੈਸੇਜ ਦਿੱਤਾ ਕਿ ਸਾਡਾ ਮਕਸਦ ਸਾਡੇ ਗੁਰੂ ਧਾਮਾਂ ਦੀਆਂ ਕਾਰ ਸੇਵਾਵਾਂ ਅਤੇ ਗੁਰੂ ਧਾਮਾਂ ਦੀਆਂ ਰੱਖ ਰਖਾਵੇ, ਨਾ ਕਿ ਦਿੱਲੀ ਦਾ। ਉਸ ਇਤਿਹਾਸ ਨੂੰ ਅਸੀਂ ਹਰ ਸਾਲ ਲੈ ਕੇ ਆਉਂਦੇ ਹਾਂ, ਇਸ ਸਾਲ ਵੀ 27 ਔਰ 28 ਅਪ੍ਰੈਲ ਨੂੰ ਇਹ ਕੀਤਾ ਜਾ ਰਿਹਾ। ਲਾਲ ਕਿਲ੍ਹੇ ਦੇ ਉਸ ਮੈਦਾਨ ਦੇ ਉੱਤੇ ਉਸੇ ਤਰੀਕੇ ਦੇ ਨਾਲ ਪਹਿਲੇ ਗੁਰੂ ਦੇ ਜਸ ਗਾਇਨ ਜਾਂਦੇ ਨੇ, ਪਹਿਲੇ ਦਿਨ ਮਹਾਰਾਜ ਦਾ ਪ੍ਰਕਾਸ਼ ਹੁੰਦਾ ਔਰ ਉੱਥੇ ਕੀਰਤਨੀਆਂ ਨੇ ਕੀਰਤਨ ਕਰਨਾ ਔਰ ਕਥਾਵਾਚਕਾਂ ਨੇ ਕਥਾ ਕਰਕੇ ਇਸ ਇਤਿਹਾਸ ਦੇ ਨਾਲ ਸੰਗਤਾਂ ਨੂੰ ਦੱਸਣਾ ਹੁੰਦਾ। ਅਗਲੇ ਦਿਨ ਜਰਨੈਲੀ ਮਾਰਚ ਕੱਢਦੇ ਆ, ਉਹ ਜਾਹੋ ਜਲੌਲ ਬਣਾ ਕੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੂਰੇ ਪੰਜਾਬ 'ਚੋਂ ਹਰਿਆਣਾ 'ਚੋਂ ਸੱਦ ਕੇ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ, ਲਾਲ ਕਿਲ੍ਹੇ ਨੂੰ ਫਤਿਹ ਕੀਤਾ ਸੀ ਘੋੜ ਸਵਾਰਾਂ ਨਾਲ, ਹਾਥੀਆਂ ਨਾਲ, ਟੈਂਕਾਂ ਤੋਪਾਂ ਦੇ ਨਾਲ, ਹੁਣ ਜੋ ਇਸ ਵਕਤ ਸਾਨੂੰ ਪਰਮਿਸ਼ਨਸ ਮਿਲਦੀਆਂ ਨੇ ਉਸ ਹਿਸਾਬ ਦੇ ਨਾਲ ਅਸੀਂ ਇਹ ਇੱਕ ਸੀਨ ਤਿਆਰ ਕਰਦੇ ਹਾਂ ਤਾਂ ਕਿ ਬੱਚਿਆਂ ਦੇ ਦਿਲਾਂ ਦੇ ਦਿਮਾਗ 'ਚ ਇਫੈਕਟ ਪਏ ਕਿ ਇੰਨੇ ਵੱਡੇ ਅਸੀਂ ਪੰਥ ਦੇ ਵਾਰਿਸ ਹਾਂ ਕਿ ਸਾਨੂੰ ਇਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਸੋ ਇਹ ਅਗਲੇ ਦਿਨ ਫਿਰ ਉੱਥੇ ਢਾਡੀ ਪ੍ਰਸੰਗ ਹੁੰਦੇ ਆ, ਭਾਈ ਤਰਸੇਮ ਸਿੰਘ ਜੀ ਮੋਰਾਵਾਲੀ ਨੇ ਇਸ ਵਾਰੀ ਆਉਣਾ ਜੋ ਇਤਿਹਾਸ ਉਹਦੇ, ਔਰ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਹਰ ਸਾਲ ਕਿਸੇ ਨਾ ਕਿਸੇ ਨੂੰ ਡੈਡੀਕੇਟ ਕੀਤੇ ਜਾਂਦੇ ਨੇ। ਪਿਛਲੇ ਦਲ ਬਲ ਨੇ ਸਾਰੇ ਆਉਂਦੇ ਨੇ, ਸਾਰੇ ਤਕਰੀਬਨ ਆਉਂਦੇ ਨੇ ਜਿਹੜੇ ਸਾਡੇ ਨਾਲ ਸਹਿਮਤੀ ਰੱਖਦੇ ਨੇ, ਔਰ ਬਾਬਾ ਬਲਵੀਰ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਮੁਖੀ ਨੇ, ਜਿਹੜੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਦੇਖਦੇ ਨੇ, ਬਾਬਾ ਅਵਤਾਰ ਸਿੰਘ ਜੀ ਹੋਣਾ, ਸਾਰਿਆਂ ਨੇ ਸਾਨੂੰ ਹਾਮੀ ਭਰੀ ਔਰ ਸਾਰੇ ਪਹੁੰਚ ਰਹੇ ਨੇ ਇਸ ਵਾਰੀ ਵੀ। ਸੋ ਇੱਥੇ ਜਿਹੜਾ ਇਹ ਗੱਲ ਅਸੀਂ ਸੰਗਤਾਂ ਤੱਕ ਪਹੁੰਚਾਉਂਦੇ ਹਾਂ ਔਰ ਇਹਨੂੰ ਸੰਗਤਾਂ ਦੇ ਵਿੱਚ ਜਾ ਕੇ ਪੂਰਾ ਇੱਕ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਬੱਚਿਆਂ ਦੇ ਵਿੱਚ ਕਿ ਅੱਜ ਲੋਕ ਵੇਟ ਕਰਦੇ ਨੇ ਕਿ ਇਹ ਲਾਲ ਕਿਲ੍ਹੇ 'ਤੇ ਜਾ ਕੇ ਅਸੀਂ ਇੱਕ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਸ ਦਿੱਲੀ ਦੇ ਵਾਰਿਸ ਹਾਂ, ਇਸ ਦੇਸ਼ ਦੇ ਵਾਰਿਸ ਹਾਂ। ਸੋ ਆਪਣੇ ਕੌਮ ਦੇ ਵਾਰਿਸ ਦੇ ਨਾਲ ਹੁੰਦੇ ਹੁੰਦੇ ਇਸ ਵਾਰੀ ਜਿਹੜੇ ਉੱਥੇ ਹੋਰ ਨਵੇਂ ਤਰੀਕੇ ਦੇ ਨਾਲ ਪ੍ਰੋਗਰਾਮ ਕਰਵਾਏ ਜਾਣਗੇ ਔਰ ਮਾਤਾ ਗੁਜਰ ਕੌਰ ਨੂੰ ਹੈ ਜਿਹੜਾ, ਕਿਉਂਕਿ ਉਹਨਾਂ ਦਾ ਸ਼ਤਾਬਦੀ ਦਾ ਸਾਲ ਚੱਲ ਰਿਹਾ, ਉਹਨਾਂ ਨੂੰ ਡੈਡੀਕੇਟ ਕੀਤਾ। ਅੱਛਾ, ਇਹ ਗੱਲ ਦੇ ਉੱਤੇ ਬੜਾ ਰੌਲਾ ਪਿਆ, ਤੁਸੀਂ ਉਹਨੂੰ ਸਪੋਰਟ ਕੀਤਾ ਬੀਰ ਬਾਲ ਦਿਵਸ ਨੂੰ ਜੋ PM ਮੋਦੀ ਜੀ ਨੇ ਕਿਹਾ, ਅਕਾਲੀ ਦਲ ਨੇ ਉਹਨੂੰ ਵਿਰੋਧ ਕੀਤਾ ਕਿ ਬੀਰ ਬਾਲ ਦਿਵਸ ਕਿਉਂ? ਮੈਨੂੰ ਅਕਾਲੀ ਦਲ ਇਹ ਬਾਲ ਨਹੀਂ ਸੀ, ਇਹ ਤਾਂ ਮਤਲਬ ਸਾਡੇ ਸਾਹਿਬਜ਼ਾਦੇ ਸੀ। ਹਾਂ ਹਾਂ, ਬਾਬੇ ਸੀ, ਬਾਬੇ ਸੀ, ਬਿਲਕੁਲ ਠੀਕ ਕਹਿ ਰਹੇ। ਅਕਾਲੀ ਦਲ ਕਿ ਬੀਰ ਬਾਲ ਦਿਵਸ ਸ਼ਬਦ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਉਨੀ ਕੁ ਗੱਲ ਸੰਗਤਾਂ ਤੱਕ ਪਹੁੰਚਾਉਂਦਾ ਜਿੰਨੀ ਕੁ ਉਹਨੂੰ ਸੂਟ ਕਰਦੀ।
ਵੀਰ ਬਾਲ ਦਿਵਸ ਸਰਕਾਰ ਨੇ ਇੱਕ ਦਿਨ ਦਾ ਨਾਮ ਰੱਖਿਆ, ਜਿੱਦਾਂ ਚਿਲਡਰਨ ਡੇ ਹੈ, ਚਾਚਾ ਨਹਿਰੂ ਦੇ ਨਾਮ ਦੇ ਉੱਤੇ ਰੱਖਿਆ। ਜਵਾਹਰ ਲਾਲ ਨਹਿਰੂ ਕੋਈ ਬੱਚਾ ਤਾਂ ਨਹੀਂ ਬਣ ਗਿਆ ਚਿਲਡਰਨ ਡੇ ਵਾਲੇ ਦਿਨ। ਵੀਰ ਬਾਲ ਦਿਵਸ ਡੈਡੀਕੇਟ ਕੀਤਾ ਗਿਆ ਬਾਬਾ ਜ਼ੋਰਾਵਰ ਸਿੰਘ ਨੂੰ, ਬਾਬਾ ਫਤਿਹ ਸਿੰਘ। ਇੱਕ ਦਿਨ ਜਿਹੜਾ ਡੈਡੀਕੇਟ ਕਰਤਾ ਗਿਆ 26 ਦਸੰਬਰ ਨੂੰ, ਅੱਜ 26 ਦਸੰਬਰ ਨੂੰ ਦੁਨੀਆ ਭਰ ਦੇ ਵਿੱਚ, ਦੇਸ਼ 'ਚ ਨਹੀਂ ਦੁਨੀਆ ਭਰ ਦੇ ਵਿੱਚ, ਜਿੱਥੇ ਜਿੱਥੇ ਸਰਕਾਰ ਦੇ ਅੰਬੈਸੀਜ਼ ਹੈਗੀਆਂ ਨੇ, ਜਿੱਥੇ ਸਕੂਲਜ਼ ਹੈਗੇ ਨੇ, ਉੱਥੇ ਸਾਹਿਬਜ਼ਾਦਿਆਂ ਦੀ ਗੱਲ ਹੁੰਦੀ ਹੈ। ਟਿਕਟ ਵੀ ਜਾਰੀ ਹੋਈ, ਹਾਂ ਟਿਕਟ ਵੀ ਜਾਰੀ ਹੋਈ। ਉਹ ਟਿਕਟ ਦੇ ਥੱਲੇ ਕੀ ਲਿਖਿਆ? ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਉਹਦੀ ਜਗ੍ਹਾ 'ਤੇ ਨਹੀਂ ਲਿਖਿਆ ਵੀਰ ਬਾਲ ਦਿਵਸ ਹੈ। ਵੀਰ ਬਾਲ ਕਿਸੇ ਨੂੰ ਨਹੀਂ ਕਿਹਾ ਗਿਆ, ਵੀਰ ਬਾਲ ਦਿਵਸ ਇੱਕ ਦਿਨ ਦਾ ਨਾਮ ਹੈ। ਉਹਨੂੰ ਮਿਸਇੰਟਰਪ੍ਰੇਟ ਕਰਕੇ ਸੰਗਤਾਂ ਨੂੰ ਪਹੁੰਚਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਮੈਨੂੰ ਦੱਸੋ, ਤੁਸੀਂ ਉਹਨਾਂ ਦੀ ਨੋਟੀਫਿਕੇਸ਼ਨ ਪੜ੍ਹੀ ਹੈ? ਸਰਕਾਰ ਦੀ ਨੋਟੀਫਿਕੇਸ਼ਨ ਪੜ੍ਹੋ। ਵੀਰ ਬਾਲ ਦਿਵਸ 26 ਦਸੰਬਰ ਡੈਡੀਕੇਟਡ ਟੂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅੱਜ ਜਦ ਇਤਿਹਾਸ ਪੜ੍ਹਾਇਆ ਜਾਂਦਾ ਹੈ, ਸਾਹਿਬਜ਼ਾਦਾ ਦਿਵਸ ਨਹੀਂ ਰੱਖ ਸਕਦੇ ਸੀ ਨਾਮ, ਜਾਂ ਫਿਰ ਸਮਝ ਨਹੀਂ ਆਉਂਦਾ? ਦੇਖੋ, ਨਾਮ ਰੱਖ ਸਕਦੇ ਜਾਂ ਨਹੀਂ ਰੱਖ ਸਕਦੇ, ਇਹ ਸਰਕਾਰ ਦਾ ਕੰਮ ਹੈ। ਵੀਰ ਬਾਲ ਦਿਵਸ ਦੇ ਉੱਤੇ ਉਹਨਾਂ ਨੇ ਆਪਣੇ ਦਿਨ ਦਾ ਨਾਮ, ਮੈਨੂੰ ਇੱਕ ਗੱਲ ਦੱਸੋ, ਜੇ ਵੀਰ ਬਾਲ ਦਿਵਸ ਸਾਹਿਬਜ਼ਾਦਿਆਂ ਨੂੰ ਡੈਡੀਕੇਟ ਨਾ ਕਰਕੇ ਉਹ ਆਪਣੇ ਦੇਸ਼ ਦੇ ਕਿਸੇ ਹੋਰ ਬੱਚਿਆਂ ਦੇ ਨਾਮ ਦੇ ਉੱਤੇ ਕਰ ਦਿੰਦੇ, ਫਿਰ ਅਸੀਂ ਕੀ ਕਰ ਲੈਂਦੇ? ਫਿਰ ਅਸੀਂ ਇਸ ਵਿਰੋਧ 'ਚ ਚੱਲ ਪੈਂਦੇ ਕਿ ਜੀ ਸਾਹਿਬਜ਼ਾਦਿਆਂ ਤੋਂ ਵੱਡਾ ਤਾਂ ਕੋਈ ਵੀਰ ਹੋਇਆ ਨਹੀਂ, ਅਤੇ ਤੁਸੀਂ ਉਹਨਾਂ ਦਾ ਨਾਮ ਨਾ ਰੱਖਿਆ, ਫਿਰ ਅਸੀਂ ਇਸ ਪਾਸੇ ਚੱਲ ਜਾਂਦੇ? ਉਹਨਾਂ ਦੇ ਕੌਮ ਦੇ ਵਿੱਚ ਵੀ ਲਵਕੁਸ਼ ਵਰਗੇ ਹੈਗੇ ਨੇ, ਕਈ ਹੋਣਗੇ, ਕਿਸੇ ਦਾ ਵੀ ਨਾਮ ਰੱਖ ਸਕਦੇ ਸੀ। ਉਹਨਾਂ ਨੇ ਤੁਹਾਨੂੰ ਵਡਿਆਈ ਦਿੱਤੀ, ਤੁਹਾਡੀ ਕੌਮ ਨੂੰ ਵਡਿਆਈ ਦਿੱਤੀ, ਤੁਹਾਡੇ ਸਾਹਿਬਜ਼ਾਦਿਆਂ ਨੂੰ ਵਡਿਆਈ ਦਿੱਤੀ, ਡੈਡੀਕੇਟਡ ਟੂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਆਪਾਂ ਨੂੰ ਐਕਸੈਪਟ ਨਹੀਂ ਕਰ ਰਹੇ। ਕਿਉਂ ਨਹੀਂ ਕਰ ਰਹੇ? ਕਿਉਂਕਿ ਅੱਜ ਨਾਲ ਦੀ ਲੱਗਦੀ ਕੁਰਸੀ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਨਹੀਂ ਹੈ, ਮੋਦੀ ਦੇ ਨਾਲ। ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਉੱਥੇ ਕੁਰਸੀ ਲੱਗਦੀ ਹੈ, ਅੱਜ ਕੌਮ ਦੇ ਹੋਰ ਨੁਮਾਇੰਦਿਆਂ ਦੀ ਕੁਰਸੀ ਲੱਗਦੀ ਹੈ ਉੱਥੇ, ਇਸ ਕਰਕੇ ਉਹਨਾਂ ਨੂੰ ਵਾਰਾ ਨਹੀਂ ਖਾਂਦਾ, ਇਸ ਕਰਕੇ ਤੁਸੀਂ ਅਪੋਜ਼ ਕਰਦੀ ਜਾਓ। ਅਗਰ ਤੁਸੀਂ ਆਪ ਦੱਸੋ, ਤੁਸੀਂ ਇਸ ਵੀਰ ਬਾਲ ਦਿਵਸ ਦੇ ਅਨਾਊਂਸਮੈਂਟ ਤੋਂ ਬਾਅਦ ਕਦੀ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ 'ਚ ਗਏ ਹੋ? ਮੈਂ ਤੁਹਾਨੂੰ ਦੱਸਦਾ, ਮੈਂ ਚੇਨਈ ਗਿਆ, ਉੱਥੇ ਪੈਟਰੋਲ ਪੰਪ 'ਤੇ ਮੈਂ ਬੋਰਡ ਦੇਖਿਆ, ਉੱਥੇ ਸਾਹਿਬਜ਼ਾਦਿਆਂ ਦੀ ਫੋਟੋ ਲੱਗੀ ਹੈ, ਔਰ ਚੇਨਈ ਦੇ ਵਿੱਚ ਉਹਨਾਂ ਦੀ ਆਪਣੀ ਜਿਹੜੀ ਭਾਸ਼ਾ ਹੈ ਮਦਰਾਸੀ ਦੀ, ਉਹਦੇ ਵਿੱਚ ਉਹਨਾਂ ਦੇ ਉਹਦਾ ਦੱਸਿਆ, ਔਰ ਮੈਨੂੰ ਮੇਰਾ ਕੋਈ ਜਿਹੜਾ ਦੋਸਤ ਸੀ ਉਹ ਮੈਨੂੰ ਦੱਸ ਰਿਹਾ ਕਿ ਇਹ ਪੜ੍ਹ ਕੇ ਕਿ ਮੈਨੂੰ ਸੁਣਾ ਰਿਹਾ ਕਿ ਇਹ ਤੁਹਾਡੀ ਜਿਹੜਾ ਕੌਮ ਦੇ ਬੱਚੇ ਨੇ ਉਹਨਾਂ ਦਾ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦਾ ਇਹ ਦਿਨ ਮਨਾਉਣ ਵਾਸਤੇ ਸਾਨੂੰ ਕਿਹਾ ਗਿਆ, ਔਰ ਸਾਡੇ ਇੱਥੇ ਪੜ੍ਹਾਈ ਕਰਾਈ ਗਈ ਇਸ ਚੈਪਟਰ ਦੇ ਉੱਤੇ। ਹੈਦਰਾਬਾਦ ਮੈਂ ਜਾਂਦਾ ਵਾਂ, ਉੱਥੇ ਮੈਂ ਦੇਖਦਾ ਵਾਂ ਬੋਰਡ ਲੱਗੇ ਨੇ, ਏਅਰਪੋਰਟਾਂ ਦੇ ਉੱਤੇ ਬੋਰਡ ਲੱਗੇ ਨੇ, ਇਹ ਸਾਹਿਬਜ਼ਾਦਿਆਂ ਦਾ ਇਹ ਕੰਮ ਤਾਂ ਕੌਮ ਦੀ ਪੰਥ ਦੀ ਸਰਕਾਰ ਦਾ ਸੀ, ਜਿਹੜੀ ਉਹ ਨਹੀਂ ਕਰ ਸਕੀ, ਕਿਉਂਕਿ ਉਹਨਾਂ ਨੂੰ ਪ੍ਰੋਬਲਮ ਹੈ ਸੀ ਕਿ ਜੇ ਅਗਰ ਦਿੱਲੀ ਕਮੇਟੀ ਨੇ ਫੋਰਸਫੁਲੀ ਇਹ ਕੰਮ ਕਰਵਾਇਆ ਸਰਕਾਰ ਨੂੰ ਕਹਿ ਕੇ ਕਿ ਵੀ ਪਿੱਛੇ ਪੈ ਕੇ ਕਿ ਤੁਸੀਂ ਇਹ ਕੰਮ ਕਰੋ, ਜੇ ਅੱਜ ਸਾਡੇ ਹੁੰਦੇ ਹੋ ਇਹ ਕੰਮ ਹੋ ਰਿਹਾ, ਔਰ ਅਕਾਲੀ ਦਲ ਉਹਦੇ ਵਿੱਚ ਨਹੀਂ ਹੈ, ਤਾਂ ਅਕਾਲੀ ਦਲ ਕੋਲ ਲੋਕ ਪੁੱਛਣਗੇ ਕਿ ਵੀ ਪੰਥ ਦੀ ਸਰਕਾਰ ਰਹੀ ਸਰਦਾਰ ਜੀ, ਤੁਸੀਂ ਕਿਉਂ ਨਹੀਂ ਉਸ ਸਮੇਂ ਦੇ ਵਿੱਚ ਇਹ ਨਾਮ ਤੁਸੀਂ ਉਸ ਦਿਨ ਰੱਖ ਦਿੰਦੇ ਕਿ 26 ਦਸੰਬਰ ਨੂੰ ਸਾਹਿਬਜ਼ਾਦਾ ਦਿਵਸ ਮਨਾਇਆ ਜਾਏਗਾ ਜੀ, ਇਹਨਾਂ ਨੇ ਕਿਉਂ ਨਹੀਂ ਰੱਖਿਆ? ਜੇ ਅੱਜ ਕਿਸੇ ਨੇ ਕੀਤਾ ਤਾਂ ਉਹਦੇ ਉੱਤੇ ਕਿੰਤੂ ਪ੍ਰੰਤੂ ਕਰਤੇ। ਇੱਕ ਗੱਲ ਇਲਜ਼ਾਮ ਤੁਹਾਡੇ 'ਤੇ ਹੋਰ ਲੱਗਦਾ ਕਿ ਤੁਸੀਂ ਬੜੇ ਸਿੱਖ ਤਾਂ ਬਹੁਤ ਡੈਮੋਕ੍ਰੈਟਿਕ ਲੋਕ ਨੇਗੇ, ਤੁਸੀਂ ਬੜੇ ਅਨਡੈਮੋਕ੍ਰੈਟਿਕ ਹੋ, ਤੁਸੀਂ ਦੇ ਸਿਰਸਾ, ਤੁਸੀਂ ਚੋਣ ਹੀ ਨਹੀਂ ਕਰਾਉਣਾ ਚਾਹੁੰਦੇ, ਤੁਸੀਂ ਦੱਬ ਲਈ DSGMC ਵੀ ਕਿਸੇ ਦੇ ਪਾਬੀ ਨਾ ਲੱਗਣ। ਦੇਖੋ, ਸਾਡੀਆਂ ਚੋਣਾਂ ਜਿਹੜੀਆਂ ਨੇ ਉਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੇ ਕਰਾਉਣੀਆਂ ਹੁੰਦੀਆਂ ਨੇ, ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਜਨਰਲ ਇਲੈਕਸ਼ਨਸ ਤੋਂ ਬਾਅਦ। ਦੂਜਾ ਸਾਡਾ ਜਿਹੜਾ ਜਨਰਲ ਇਲੈਕਸ਼ਨ ਜਿਹੜਾ ਹਾਊਸ ਦੀ ਹੁੰਦੀ ਹੈ ਉਹ 2 ਸਾਲ ਦਾ ਟੈਨਿਓਰ ਹੈ, ਉਹ 2 ਸਾਲ ਬਾਅਦ ਹੋਣੀ ਚਾਹੀਦੀ ਹੈ। ਹੁਣ 22 ਜਨਵਰੀ 2022 ਦੇ ਵਿੱਚ ਸਾਡੀ ਕਮੇਟੀ ਚੁਣੀ ਜਾਂਦੀ ਹੈ। ਹੁਣ ਕਮੇਟੀ ਕਿਸ ਤਰ੍ਹਾਂ ਚੁਣੀ ਜਾਂਦੀ ਹੈ ਕਿ ਜਿਹੜੀ ਅਕਾਲੀ ਦਲ ਤੋਂ ਮੈਂਬਰ ਜਿੱਤ ਕੇ ਆ ਰਹੇ ਨੇ 30 ਮੈਂਬਰ, ਇੱਕ ਪਾਸੇ ਖੜ੍ਹੇ ਨੇ, ਉਹਨਾਂ ਨੇ ਵੋਟ ਪਾਈ ਹੈ, ਜਿਹੜੇ ਦੂਜੇ ਪਾਸੇ ਬੰਦਿਆਂ ਨੂੰ ਨਜ਼ਰ ਆ ਰਿਹਾ ਕਿ ਸਾਡੇ ਕੋਲ ਮੈਜੋਰਟੀ ਨਹੀਂ ਹੈ, ਉਹ ਉਹਨਾਂ ਨੂੰ ਬਾਈਕਾਟ ਕਰਕੇ ਉਹ ਸਾਨੂੰ ਬਾਹਰ ਜਾ ਰਹੇ ਨੇ, ਔਰ ਦਿਖਾਰ ਸ਼ੋਅ ਕਰ ਰਹੇ ਨੇ ਕਿ ਜੀ ਕਿ ਸਾਨੂੰ ਪੁਲਿਸ ਨੇ ਬਾਹਰ ਉੱਥੋਂ ਕੱਢਿਆ। ਬਈ, ਪੁਲਿਸ ਉੱਥੇ ਆਉਣ ਦੀ ਨੌਬਤ ਕਿਉਂ ਆਈ? ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂ ਬੈਠੇ ਰਹੇ ਕਿ ਜਦ ਤੁਹਾਡੇ ਕੋਲ ਮੈਜੋਰਟੀ ਨਹੀਂ ਸੀ?
ਬਿਕੋਜ਼ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਸਰਕਾਰਾਂ ਦਾ ਪ੍ਰਭਾਵ ਪਾ ਕੇ, ਕਿਉਂਕਿ ਸਾਡੇ ਨਾਲ ਉਸ ਵਕਤ ਭਾਰਤੀ ਜਨਤਾ ਪਾਰਟੀ ਵੀ ਤੁਹਾਡੇ ਨਾਲ ਸੀ, ਦਿੱਲੀ ਦੀ ਸਰਕਾਰ ਵੀ ਤੁਹਾਡੇ ਨਾਲ ਸੀ, ਤੁਸੀਂ ਪੋਰ ਜਾਂਦੇ ਰਹੇ ਔਰ ਸਾਡੇ ਬੰਦੇ ਤੋੜਨ ਦੀ ਕੋਸ਼ਿਸ਼ ਕਰਦੇ ਰਹੇ, ਨਹੀਂ ਟੁੱਟੇ, ਸਾਡੀ ਕਮੇਟੀ ਬਣ ਗਈ। ਕਮੇਟੀ ਬਣਦੀ ਹੈ ਅਤੇ ਤੁਸੀਂ ਅਗਲੇ ਦਿਨ ਕੋਰਟ ਚਲੇ ਜਾਂਦੇ ਹੋ, ਕੋਰਟ ਜਾ ਕੇ ਕਹਿੰਦੇ ਹੋ ਜੀ ਇਹ ਇਲੀਗਲ ਕਮੇਟੀ ਹੈ। ਹੁਣ ਕੋਰਟ ਦੇ ਵਿੱਚ ਕੇਸ ਹੋ ਗਿਆ, ਹੁਣ 2 ਸਾਲ ਤਾਂ ਮੁੱਕ ਗਏ ਬਈ, ਜੇ ਮੈਂ ਅਗਰ ਇਲੀਗਲ ਕਮੇਟੀ ਸੀ, ਹੁਣ ਮੇਰਾ ਟੈਨਿਊਰ ਖਤਮ ਹੋ ਗਿਆ, ਤੁਸੀਂ ਕੋਰਟ ਤੋਂ ਵਾਪਸ ਲੈ ਲਓ, ਆਪਣਾ ਮੁਕੱਦਮਾ ਵਾਪਸ ਲੈ ਲਓ। 14 ਸਾਲਾਂ ਵਾਲੀ ਚੋਣ ਕਿਉਂ ਨਹੀਂ ਕਰਾ ਰਹੇ? ਮੈਂ ਦੱਸਦੇ ਰਿਹਾ, ਹੁਣ ਇਹਨਾਂ ਨੇ ਸਾਡੇ 'ਤੇ ਕੇਸ ਪਾਇਆ ਹੋਇਆ ਕਿ ਇਹ ਕਮੇਟੀ ਇਲੀਗਲ ਹੈ। ਹੁਣ ਜਦ ਮੈਂ ਇਲੀਗਲ ਕਮੇਟੀ ਹੈ ਮੇਰੀ, ਮੇਰਾ ਕੋਰਟ ਦੇ ਵਿੱਚ ਹੁਣ 14 ਅਗਸਤ ਨੂੰ ਡੇਟ ਹੈ, ਅਗਰ ਅੱਜ ਮੈਂ ਇਲੈਕਸ਼ਨ ਕਰਾ ਲੈਂਦਾ, ਤੁਹਾਡਾ ਹਾਰਨਾ ਤਾਂ ਨਿਸ਼ਚਿਤ ਹੈ, ਜਿੱਤ ਤਾਂ ਤੁਹਾਡੇ ਮੱਥੇ 'ਤੇ ਨਹੀਂ ਲਿਖੀ ਔਰ ਨਾਲ ਮੈਂਬਰਾਂ ਨਾਲ ਜਿੱਤ ਹੁੰਦੀ ਹੈ, ਤੁਹਾਡੇ ਨੰਬਰ ਤਾਂ ਨਹੀਂ ਨੇ ਤੁਹਾਡੇ ਕੋਲੋਂ ਪੂਰੇ, ਅਤੇ ਤੁਹਾਡੇ ਤੁਸੀਂ ਇਸ ਕਰਕੇ ਤੁਸੀਂ ਰੌਲਾ ਵੀ ਨਹੀਂ ਪਾ ਰਹੇ ਇਸ ਗੱਲ ਦਾ, ਤੁਹਾਨੂੰ ਪਤਾ ਹੈ, ਤੁਸੀਂ ਕੋਰਟ ਦੇ ਵਿੱਚ ਗਏ ਹੋਏ ਹੋ ਬਈ, ਤੁਹਾਨੂੰ ਲੱਗਦਾ ਕਿ ਅਗਰ ਮੈਂ ਗਲਤ ਕਰ ਰਿਹਾ, ਤੁਸੀਂ ਸਵੇਰੇ ਕੋਰਟ ਤੋਂ ਕੇਸ ਵਾਪਸ ਲਓ, ਮੈਂ ਪਰਸੋਂ ਇਲੈਕਸ਼ਨ ਕਰਾ ਦਿੰਦਾ। ਇਲੈਕਸ਼ਨ ਹੁਣ ਅੱਜ ਮੈਂ ਤੁਹਾਨੂੰ ਇਲੈਕਸ਼ਨ ਕਰਾਵਾਂਗਾ, ਕੱਲ੍ਹ ਤੁਸੀਂ ਫਿਰ ਸ਼ੋਰ ਮਚਾਓਗੇ ਹਾਰਨ ਤੋਂ ਬਾਅਦ ਕਿ ਵੀ ਹਰਮੀਤ ਇਲੀਗਲ ਬੈਠਾ, ਇਲੈਕਸ਼ਨ ਕਰਨ ਦਾ ਰਾਈਟ ਹੀ ਨਹੀਂ ਇਹਦੇ ਕੋਲੋਂ। ਸੋ ਇਸ ਕਰਕੇ ਇਹ ਦੂਜੇ ਦੇ ਗੇਮ 'ਚ ਪਾਈ ਹੈ। ਮੈਂ ਤਾਂ ਪਿਛਲੀ ਵੀ ਕਿਸੇ ਦੇ ਨਾਲ ਇੰਟਰਵਿਊ 'ਚ ਗੱਲ ਕੀਤੀ ਸੀ, ਅੱਜ ਤੁਹਾਡੇ ਮਾਧਿਅਮ ਤੋਂ ਵੀ ਕਹਿ ਦਿੰਦਾ, ਸੰਗਤ ਨੂੰ ਵੀ ਬੇਨਤੀ ਕਰ ਦਿਆਂਗਾ ਕਿ ਜਿਸ ਸੰਗਤ ਨੂੰ ਲੱਗਦਾ ਹੋਏ ਕਿ ਅਸੀਂ ਜਬਰਨ ਬੈਠੇ ਹਾਂ, ਉਹ ਸਾਨੂੰ ਆ ਕੇ ਸਾਡੇ ਨਾਲ ਗੱਲ ਕਰਨ, ਅਸੀਂ ਉਸ ਦਿਨ ਮੀਡੀਆ ਦੇ ਸਾਹਮਣੇ, ਮੈਂ ਦਿੱਲੀ ਦੇ ਵਿੱਚ ਹਾਲਾਂਕਿ ਮੈਨੂੰ ਮੈਜੋਰਟੀ ਦਿਖਾਉਣ ਵਾਸਤੇ 26 ਮੈਂਬਰਾਂ ਦੀ ਲੋੜ ਹੈ, ਮੈਂ 2/3 ਮੈਜੋਰਟੀ ਦੇ ਨਾਲ 34 ਮੈਂਬਰਾਂ ਦੇ ਨਾਲ ਉੱਥੇ ਬੈਠਾਂਗਾ ਔਰ ਸੰਗਤ ਨੂੰ ਦੱਸਾਂਗਾ ਕਿ ਮੈਜੋਰਟੀ ਸਾਡੇ ਕੋਲ ਹੈ, ਮਗਰ ਜਿਹੜੀ ਲੀਗਲ ਲੜਾਈ ਹੈ ਉਹਨੂੰ ਤਾਂ ਮੈਨੂੰ ਕੋਰਟ 'ਚ ਲੜਨੀ ਪਏਗੀ, ਹੁਣ ਤਾਂ ਮੈਂ ਆਪਣੇ ਹਾਊਸ ਦੇ ਵਿੱਚ ਤਾਂ ਨਹੀਂ ਲੜ ਸਕਦਾ। ਸੋ ਇਹ ਸਰਨਾ ਸਾਹਿਬ ਨੂੰ ਚਾਹੀਦਾ ਕਿ ਆਪਣਾ ਕੇਸ ਵਾਪਸ ਲੈ, ਇਸ ਗੱਲ ਨੂੰ ਕਬੂਲ ਕਰਨ ਕਿ ਪਿਛਲੀ ਵਾਰ ਵੀ ਕਮੇਟੀ ਜਿਹੜੀ ਸੀ ਲੀਗਲ ਤਰੀਕੇ ਨਾਲ ਬੈਠੀ ਸੀ ਔਰ ਇਹ ਲੀਗਲ ਹੀ ਹੈਗੇ ਨੇ ਔਰ ਇਹ ਹੁਣ ਲੀਗਲੀ ਇਹਨੂੰ ਇਲੈਕਸ਼ਨ ਕਰਾਂ। ਤੁਹਾਡੇ 'ਤੇ ਐਲੀਗੇਸ਼ਨ ਇੱਕ ਹੋਰ ਲਾਉਂਦੇ ਨੇ, ਸਰਨਾ ਅਤੇ ਜੀ ਕੇ ਕਹਿੰਦੇ ਨੇ ਕਿ ਸਿਰਸਾ ਅਤੇ ਕਾਲਕਾ ਤਾਂ ਲੁੱਟ ਕੇ ਖਾ ਗਏ ਗੁਰਦੁਆਰਿਆਂ ਨੂੰ, ਇਹਨਾਂ ਨੇ ਤਾਂ ਬਹੁਤ ਭੈੜਾ ਕਬਜ਼ਾ ਕਰ ਲਿਆ ਜਿਹੜਾ ਕੁਛ ਛੱਡ ਨਹੀਂ ਰਹੇ। ਜੇ ਮੈਂ ਤੁਹਾਡੇ ਤੋਂ ਪੁੱਛਾਂ ਬਣੀ ਆ, ਕੁਛ ਤੁਸੀਂ ਕੀਤਾ ਗਾ ਜਾਂ ਤੁਹਾਡੇ 'ਤੇ ਐਲੀਗੇਸ਼ਨ ਸਹੀ ਨੇ? ਦੇਖੋ ਯਾਦਵਿੰਦਰ ਜੀ, ਐਲੀਗੇਸ਼ਨ ਜੋ ਮਰਜ਼ੀ ਲਾਉਂਦੇ ਰਹਿਣ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਸਾਡੀ ਕਮੇਟੀ ਆਈ। ਇੱਕ ਹਫ਼ਤੇ ਦੇ ਵਿੱਚ ਅਸੀਂ ਬਾਹਰ ਦਿੱਲੀ ਦੇ ਵਿੱਚ ਬਹੁਤ ਵੱਡੀ ਸੰਸਥਾ ਇੱਕ ਸਿੱਖ ਫੋਰਮ ਉਹਨਾਂ ਦੇ ਪ੍ਰਧਾਨ ਸਰਦਾਰ RS ਅਹੂਜਾ, ਜਿਨ੍ਹਾਂ ਦੀ ਲੋਅ ਫਰਮ ਹੈ, ਜਿਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਨੇ, ਉਹ ਆਪ ਖੁਦ ਉਹਨਾਂ ਦੀ ਕੰਪਨੀ ਨੂੰ ਅਸੀਂ ਪੂਰਾ ਦਾ ਪੂਰਾ ਚਾਰਜ ਦੇ ਦਿੱਤਾ ਕਿ ਤੁਸੀਂ ਸਾਡੀ ਆਡਿਟਿੰਗ ਵੀ ਕਰੋ, ਤੁਸੀਂ ਸਾਨੂੰ ਰੂਪ ਰੇਖਾ ਵੀ ਬਣਾ ਕੇ ਦਿਓ ਔਰ ਸਾਡੇ ਬਿੱਲ ਵੀ ਸਾਰੇ ਚੈੱਕ ਕਰੋ। ਇਹ ਪਹਿਲੀ ਵਾਰ ਹੋਇਆ ਕਿ ਅਸੀਂ ਬਾਹਰ ਦੀ ਸੰਸਥਾ ਨੂੰ ਨਾਲ ਇਨਵੋਲਵ ਕੀਤਾ ਗਿਆ ਤਾਂ ਕਿ ਇਹੋ ਜਿਹੇ ਬੰਦਿਆਂ ਨੂੰ ਅਸੀਂ ਜਵਾਬ ਦੇ ਸਕੀਏ ਔਰ ਅੱਜ ਉਹ ਲੋਕ ਸਾਨੂੰ ਪੂਰਾ ਸਾਡੇ ਆਡਿਟ ਕਰਦੇ ਨੇ, ਸਾਡੇ ਬਿੱਲ ਚੈੱਕ ਕਰਦੇ ਨੇ, ਕਿੱਥੇ ਕੋਈ ਕਮੀ ਪੇਸ਼ੀ ਹੈ ਸਾਡੇ ਸਿਸਟਮ ਦੇ ਵਿੱਚ ਕਿ ਬਈ ਮੈਂ ਅਗਰ ਅੱਜ ਕਿਸੇ ਬੰਦੇ ਨੂੰ ਕਹਿਤਾ ਕਿ ਵੀ ਇਹ ਕੰਮ ਕਰ ਦਿਓ ਤਾਂ ਉਸੇ ਵਕਤ ਰੋਕਤਾ ਜਾਂਦਾ ਕਿ ਨਹੀਂ ਪਹਿਲੇ ਇਹਦੀਆਂ ਕੋਟੇਸ਼ਨਸ ਕਾਲ ਕੀਤੀਆਂ ਜਾਣ, ਇਹ ਸਿਸਟਮ ਕੀਤਾ ਜਾਏ ਤਦ ਕੰਮ ਹੁੰਦਾ। ਪਹਿਲੀ ਵਾਰ ਸਾਡੀ ਕਮੇਟੀ ਦੇ ਆਉਣ ਤੋਂ ਬਾਅਦ ਤੁਸੀਂ ਹੁਣੇ ਆਪਣੇ ਮੋਬਾਈਲ 'ਤੇ ਪਾਓ ਗੋਲਕ ਲਾਈਵ, ਜਿੱਥੇ ਵੀ ਗੋਲਕ ਅੱਜ ਖੁੱਲ੍ਹ ਰਹੀ ਹੈ, ਚਾਹੇ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਨਾਨਕ ਪਿਓ ਸਾਹਿਬ, ਤੁਹਾਨੂੰ ਉਹਦਾ ਰਿਕਾਰਡ ਆ ਸਰ, ਉਹਦਾ ਰਿਕਾਰਡ ਨਹੀਂ, ਲਾਈਵ ਹੈ ਸੰਗਤ ਵਸੇ, ਸੰਗਤ ਦੇਖ ਸਕਦੀ ਹੈ ਰੋਜ਼ ਬੈਠ ਕੇ ਕਿ ਇੱਥੇ ਗੋਲਕ ਦੇ ਵਿੱਚੋਂ ਕੋਈ ਲੈਣ ਦੇਣੀ ਹੈ। ਸਾਡੀ ਕਮੇਟੀ ਦੇ ਆਉਣ ਤੋਂ ਬਾਅਦ ਸਾਰਾ ਪੈਸਾ ਗੁਰਦੁਆਰੇ ਦੀ ਗੋਲਕ ਤੋਂ ਸਿੱਧਾ ਬੈਂਕਾਂ 'ਚ ਜਾਂਦਾ, ਕੈਸ਼ ਨਹੀਂ ਆਉਂਦਾ। ਮਨਜੀਤ ਸਿੰਘ ਜੀਕੇ ਦੇ ਟਾਈਮ ਦੇ ਉੱਤੇ ਲੱਖਾਂ ਰੁਪਇਆ ਨਹੀਂ, ਕਰੋੜਾਂ ਰੁਪਇਆ ਗੋਲਕਾਂ ਦਾ ਚੈਸਟ ਦੇ ਵਿੱਚ ਪਿਆ ਹੁੰਦਾ ਸੀ, ਕਿਉਂਕਿ ਉਹਨੇ ਨਕਲੀ ਬਿੱਲ ਪਾਣੇ ਹੁੰਦੇ ਸੀ। ਮਨਜੀਤ ਸਿੰਘ ਜੀਕੇ 'ਤੇ ਖੈਰ ਕਿਸੇ ਨੂੰ ਕਹਿਣ ਜੋਗਾ ਹੀ ਨਹੀਂ ਹੈ ਇਸ ਬਾਰੇ ਦੇ ਵਿੱਚ ਕਿ ਕਿਸੇ ਨੇ ਕੁਛ ਕਿਹਾ, ਮਗਰ ਸਾਡੀ ਸੰਗਤ ਨੂੰ ਜਵਾਬਦਾਰੀ ਤਾਂ ਹੈ, ਅਸੀਂ ਸੰਗਤ ਨੂੰ ਇੱਕ ਇੱਕ ਪੈਸੇ 'ਤੇ ਜਵਾਬਦਾਰੀ ਆ ਔਰ ਇੱਕ ਪੈਸੇ ਦਾ ਇੱਕ ਰੁਪਏ ਦਾ ਕੀ ਕਹਿੰਦੇ ਨੇ ਮੇਰੇ 'ਤੇ ਇਲਜ਼ਾਮ ਸਾਬਿਤ ਕਰ ਦੇਣ, ਉਸ ਦਿਨ ਦਿੱਲੀ ਕਮੇਟੀ ਬਣਾਂਗਾ ਨਹੀਂ, ਮੈਂਬਰੀ 'ਤੇ ਚਲੋ ਛੋੜੋ, ਬਣਾਂਗਾ ਨਹੀਂ ਉਸ ਦਿਨ ਤੋਂ ਬਾਅਦ।
ਸੋ ਇਸ ਕਰਕੇ ਇਲਜ਼ਾਮ ਲਾਉਣੇ ਬੜੇ ਸੌਖੇ ਹੁੰਦੇ ਨੇ। ਸਾਡੀ ਕਮੇਟੀ ਆਉਣ ਤੋਂ ਬਾਅਦ ਅਸੀਂ ਸਕੂਲਾਂ ਦੇ ਵਿੱਚ ਤਕਰੀਬਨ ਪਿਛਲੇ 2 ਸਾਲਾਂ ਦੇ ਵਿੱਚ 85 ਕਰੋੜ ਰੁਪਈਆ ਸਕੂਲਾਂ ਨੂੰ ਇੱਥੋਂ ਮਦਦ ਕੀਤੀ ਹੈ। 51-52 ਸਾਲ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਇੰਨਾ ਪੈਸਾ ਭੇਜਿਆ ਸਕੂਲਾਂ ਦੇ ਵਿੱਚ। ਅਸੀਂ ਤਾਂ ਹਰ ਖਰਚੇ ਨੂੰ ਘਟਾ ਕੇ ਇੱਕ ਹਸਪਤਾਲ ਬੜੇ ਲੰਬੇ ਸਮੇਂ ਦਾ ਲਮਕਦਾ ਆ ਰਿਹਾ। ਦੇਖੋ ਇਹਦੇ ਉੱਤੇ ਵੀ ਪਿਛਲੇ 20-25 ਸਾਲ ਇਹਨਾਂ ਨੇ ਸਿਆਸਤਾਂ ਕੀਤੀਆਂ। ਕਦੀ ਬੀ ਐੱਲ ਕਪੂਰ ਨੂੰ ਦੇਖ ਰਹੇ ਨੇ, ਕਦੀ ਕਿਸੇ ਹੋਰ ਕੰਪਨੀ ਨੂੰ ਦੇ ਰਹੇ ਨੇ ਆਪਣੀ ਨਿੱਜੀ ਨਾਮ ਦੇ ਉੱਤੇ, ਕੀ ਕਹਿੰਦੇ ਨੇ, ਟਰੱਸਟ ਬਣਾ ਕੇ ਇਹਦੇ ਉੱਤੇ ਟ੍ਰਾਂਸਫਰ ਕਰਨ ਦੀ ਗੱਲ ਕੀਤੀ। ਔਰ ਇਹ ਸਾਰਾ ਸ਼ੋਰ ਮਨਜੀਤ ਸਿੰਘ ਜੀ ਕੇ ਨੇ ਪਾਇਆ। ਅੱਜ ਮਨਜੀਤ ਸਿੰਘ ਜੀ ਕੇ ਨੇ ਮੂੰਹ 'ਚ ਘੁੰਗਰੂ ਪੈ ਗਏ ਨੇ ਉਹਨਾਂ ਦੇ ਕਿ ਕੁਛ ਬੋਲ ਨਹੀਂ ਰਹੇ। ਮਗਰ ਇੱਕ ਗੱਲ ਹੈ ਕਿ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਦੇ ਉੱਤੇ ਸਿਆਸਤ ਹੋਈ। ਸਾਡੀ ਕਮੇਟੀ ਬਣਦੀ ਹੈ ਉਸੀ ਵਕਤ ਕਰੋਨਾ ਆ ਜਾਂਦਾ। 2019 'ਚ ਸਾਡੀ ਕਮੇਟੀ ਬਣੀ ਔਰ 2019 'ਚ ਹੀ 5 ਮਹੀਨਿਆਂ ਵੀ ਅਤੇ 20 ਦੀ ਸਟਾਰਟਿੰਗ 'ਚ ਆ ਗਿਆ ਅਤੇ ਸਾਡੀ ਕਰੋਨਾ ਆ ਗਿਆ। ਅਸੀਂ ਕਰੋਨਾ ਕਾਲ ਦੇ ਵਿੱਚ 400 ਬੈੱਡ ਦਾ ਕੇਅਰ ਯੂਨਿਟ ਬਣਾਇਆ ਔਰ ਉਸ ਤੋਂ ਬਾਅਦ ਇਮੀਡੀਏਟਲੀ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ, ਕਿਉਂਕਿ ਅਸੀਂ ਜਦ ਸੰਗਤ 'ਚ ਗਏ ਸਾਨੂੰ ਪਤਾ ਚੱਲਿਆ ਕਿ ਅੱਜ ਕਿੱਡੀ ਇਫੈਕਟਿਡ ਲੋਕ ਕਿੰਨੇ ਸਾਰੇ ਬੈੱਡ ਨੇ। ਅੱਜ ਉੱਥੇ ਪਹਿਲਾ ਵਿੰਗ ਜਿਹੜਾ ਉਹ ਪਿਛਲੇ 2.5 ਸਾਲਾਂ ਤੋਂ ਚੱਲ ਰਿਹਾ, ਜਿਹਦੇ ਵਿੱਚ ਫਰੀ ਆਫ ਕੋਸਟ ਜਿਹੜੇ ਡਾਇਲਿਸਿਸ ਕੀਤੇ ਜਾਂਦੇ ਨੇ। ਦੂਸਰਾ ਵਿੰਗ ਅਸੀਂ ਸ਼ੁਰੂ ਕੀਤਾ ਕਿਉਂਕਿ ਪੈਨਡੈਮਿਕ ਦੀ ਸਾਨੂੰ ਖਦਸ਼ਾ ਸੀ ਕਿ ਤੀਸਰੀ ਵੇਵ ਆ ਸਕਦੀ ਹੈ। ਅਸੀਂ ਹੋਸਪਿਟਲ ਤਿਆਰ ਕੀਤਾ, ਉਹਦੇ ਉੱਤੇ ਜਾ ਕੇ ਸਟੇ ਲਿਆ ਇਲੈਕਸ਼ਨਾਂ 'ਚ। ਅੱਜ ਸਾਰੇ ਸਟੇ ਖਤਮ ਕੀਤੇ ਨੇ। ਆਉਣ ਵਾਲੀ 5 ਤਰੀਕ ਨੂੰ ਅਗਲਾ ਵਿੰਗ ਜਿਹੜਾ ਹੈ ਉਹਦਾ ਵਿੱਚ OPD ਔਰ IPD ਦੋਨੋਂ ਸ਼ੁਰੂ ਕੀਤੀ ਜਾਣਗੀਆਂ। ਉਹਦੇ ਵਿੱਚ ਤਕਰੀਬਨ 10-12 ਵੱਡੇ ਸਪੈਸ਼ਲਿਸਟ ਬਿਠਾਏ ਜਾ ਰਹੇ ਨੇ ਔਰ ਦੁਨੀਆ ਸੰਗਤ ਵਾਸਤੇ ਇਹ ਫਾਇਦੇ ਦੀ ਗੱਲ ਹੈ ਵੀ ਕਿ ਇਹ ਵੀ ਜਿਹੜਾ ਹੋਸਪਿਟਲ ਹੈ 0 OPD ਦੀ ਕੋਸਟਿੰਗ ਹੋਏਗੀ, ਉਹਦੇ ਵਿੱਚ 1 ਰੁਪਈਆ OPD ਵੈਸੇ ਨਹੀਂ ਲੱਗੇਗਾ। ਹਾਂ, ਡਾਕਟਰਸ ਦੀ ਕੰਸਲਟੈਂਸੀ ਅਗਲੀ ਜਾ ਕੇ ਅਗਰ ਉਹਨਾਂ ਦਾ ਟ੍ਰੀਟਮੈਂਟ ਅੱਗੇ ਵੱਧਦਾ ਤਾਂ ਉਹ ਚੈਰੀਟੇਬਲ ਰੇਟਸ 'ਤੇ ਹੋਏਗਾ, ਮਗਰ OPD ਹਰ ਬੰਦੇ ਵਾਸਤੇ, ਕੋਈ ਵੀ ਧਰਮ ਦਾ ਆਏ, ਕੋਈ ਵੀ ਸਮਾਜ ਦਾ ਆਏ, ਉਹਦੇ ਵਾਸਤੇ ਫਰੀ ਹੋਏਗੀ। ਧੰਨਵਾਦ ਕਾਲਕਾ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਹਰਮੀਤ ਸਿੰਘ ਕਾਲਕਾ, ਜਿਨ੍ਹਾਂ ਦਾ ਕਹਿਣਾ ਕਿ ਉਹ ਅਗਰ ਸਪੋਰਟ ਕਰ ਰਹੇ ਨੇ ਦਿੱਲੀ 'ਚ ਤਾਂ ਸੰਗਤ ਦੱਸਦੇ ਕਿ ਉਹ ਕਾਂਗਰਸ ਨੂੰ ਵੋਟਾਂ ਪਾਉਣ। ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇਹ ਫੈਸਲਾ ਠੀਕ ਲੱਗਦਾ ਔਰ ਨਾਲ ਹੀ ਉਹ ਕਹਿੰਦੇ ਆ ਕਿ ਉਹਨਾਂ ਨੇ ਜਿੰਨਾ ਹੁਣ ਤੱਕ ਕੰਮ ਕੀਤਾ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਪਾਰਦਰਸ਼ੀ ਤਰੀਕੇ ਨਾਲ ਹੀ ਕੰਮ ਕਰਨਗੇ।